Yeah.
Gurbe Ardaas
ਸਾਡੇ ਸਾਰਿਆਂ ਦੇ ਪਰਦੇ ਟੱਕਣ ਵਾਲੇ ਸਤਿਗੁਰੂ ਸਾਡੀ ਸਾਰਿਆਂ ਦੀ ਝੋਲੀ ਭਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਜੁੜ ਬੈਠ ਕੇ ਇੱਕ ਵਾਰੀ ਸਤਿਗੁਰ ਨੇ ਫਿਰ ਤਰਸ ਕੀਤਾ ਸਭਨਾਂ ਨੂੰ ਸਾਨੂੰ ਸੰਗਤ ਦੀਆਂ ਘੜੀਆਂ ਬਖਸ਼ੀਆਂ ਅਖੋ ਇਹਨਾਂ ਮਹਿੰਗੀਆਂ ਘੜੀਆਂ ਦਾ ਆਨੰਦ ਮਾਣਦੇ ਹੋਏ ਗੁਰਬਾਣੀ ਕੀਰਤਨ ਰਾਹੀਂ ਆਪਣੇ ਆਪ ਨੂੰ ਭਾਗਾਂ ਵਾਲਾ ਕਰ ਰਹੇ ਸਨ ਅੱਜ ਮਹਾਰਾਜ ਜੀ ਨੇ ਮਿਹਰ ਕੀਤੀ ਏ ਦੋਨੋਂ ਸ਼ਬਦ ਜੋ ਸੰਗਤ ਪੜ੍ਹ ਰਹੀ ਸੀ ਦੋਨੋਂ ਅਰਦਾਸ ਦੀ ਵਡਿਆਈ ਦੇ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਵਿਗੜ ਨਾ ਕੋ ਲਾਗੇ ਜਾਤੀ ਪ੍ਰਭ ਆਗੇ ਅਰਦਾਸ ਉਹਨੂੰ ਕੋਈ ਵਿਗੜ ਨਹੀਂ ਲੱਗ ਸਕਦਾ ਜਿਹਦੀ ਅਰਦਾਸ ਇਹਦੇ ਚ ਪ੍ਰਮਾਣ ਵੀ ਸੁਣੇ ਦੂਜਾ ਸ਼ਬਦ ਵੀ ਅਰਦਾਸ ਦੀ ਮਹਿਮਾ ਤੇ ਹੈ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਅਰਦਾਸ ਇੱਕ ਐਸਾ ਲਫ਼ਜ਼ ਹੈ ਜਿਹਦੇ ਬਾਰੇ ਕਈ ਰਾਏ ਆਉਂਦੀਆਂ ਮੈਂ ਪਹਿਲੀ ਬੇਨਤੀ ਕਰਾਂਗਾ ਕਈਆਂ ਦਾ ਮੰਨਣਾ ਹੈ ਵੀ ਅਰਦਾਸ ਕਰਨੀ ਨਹੀਂ ਚਾਹੀਦੀ ਸੁਣੇ ਉਹਨਾਂ ਦਾ ਲੌਜਿਕ ਹੁੰਦਾ ਹੈ ਵੀ ਮਹਾਰਾਜ ਸਭ ਕੁਝ ਜਾਣ ਲਈ ਹੈ ਅਖਰੋ ਹੈ ਉਹ ਜਿਹੜੇ ਇਹ ਕਹਿੰਦੇ ਨਾ ਅਰਦਾਸ ਨਹੀਂ ਕਰਨੀ ਚਾਹੀਦੀ ਉਹਨਾਂ ਦਾ ਲੌਜਿਕ ਹੁੰਦਾ ਵੀ ਬਿਨ ਬੋਲਿਆ ਸਭ ਕੁਛ ਜਾਣਦਾ ਕਿਸੇ ਅੱਗੇ ਕੀਤੇ ਅਰਦਾਸ ਕੋਈ ਪੰਕਤੀ ਦਾ ਆਸਰਾ ਲੈਂਦੇ ਉਹ ਦੂਸਰਾ ਇਹ ਲੌਜਿਕ ਦਿੰਦੇ ਆ ਵੀ ਜਦੋਂ ਦੇ ਭਾਣੇ ਚ ਰਹਿਣਾ ਫਿਰ ਆਪਾਂ ਅਰਦਾਸ ਕਿਉਂ ਕਰੀਏ ਨਹੀਂ ਗੁਰਬਾਣੀ ਅਲੱਗ ਅਲੱਗ ਸਟੇਜਾਂ ਅਨੁਸਾਰ ਉਚਾਰੀ ਗਈ ਹਰੇਕ ਦੀ ਅਵਸਥਾ ਆਪਣੀ ਜਿਵੇਂ ਸਕੂਲ ਚ ਕਲਾਸਾਂ ਹੁੰਦੀਆਂ ਕੱਚੀ ਕਲਾਸ ਪਹਿਲੀ ਦੂਜੀ ਤੀਜੀ ਫਿਰ ਪੰਜਵੀਂ ਦਸਵੀਂ ਬੀ ਏ ਐਮ ਏ ਦੀ ਪੜ੍ਹਾਈ ਇਹ ਜਿਹੜੀਆਂ ਪੰਕਤੀਆਂ ਬਿਨ ਬੋਲਿਆ ਸਭ ਕੁਝ ਜਾਣਦਾ ਇਹ ਬੀ ਏ ਐਮ ਏ ਵਾਲਿਆਂ ਦੀਆਂ ਪੜ੍ਹਾਈਆਂ ਵਾਸਤੇ ਹੈ ਆਖੋ ਜਿਹੜੇ ਮਹਾਂਪੁਰਖ ਦੀ ਪਦ ਤੇ ਬ੍ਰਹਮ ਪਦ ਤੇ ਪਰਮ ਪਦ ਤੇ ਪਹੁੰਚੇ ਅਸੀਂ ਗ੍ਰਿਸ਼ਤੀ ਹਾਂ ਅਸੀਂ ਕਾਰੋਬਾਰ ਕਰਦੇ ਹਾਂ ਧੰਦੇ ਕਰਦੇ ਹਾਂ ਬਿਜ਼ਨਸ ਕਰਦੇ ਹਾਂ ਪਰਿਵਾਰਾਂ ਨੂੰ ਪਾਲਦੇ ਹਾਂ ਬੱਚਿਆਂ ਨੂੰ ਪਾਲਦੇ ਹਾਂ ਸਾਨੂੰ ਗੁਜਰਾਨ ਵਾਸਤੇ ਸਭ ਕੁਝ ਚਾਹੀਦਾ ਹੈ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਤੇ ਜੇ ਗੁਜਰਾਨ ਵਾਸਤੇ ਚਾਹੀਦਾ ਤੇ ਕਿਹਦੇ ਕੋਲੋਂ ਮੰਗਣਾ
ਪਿਓ ਕੋਲੋਂ ਮੰਗਣਾ ਪਿਓ ਦਾ ਮਤਲਬ ਗੁਰੂ ਕੋਲੋਂ ਮਾਂ ਕੋਲ ਖਾਕਦੇ ਸਨ ਅਰਦਾਸ ਦਾ ਮਤਲਬ ਹੈ ਰੋਣਾ ਮੰਗਣਾ ਜਿਵੇਂ ਬੱਚਾ ਹੁੰਦਾ ਨਾ ਬੱਚਾ ਪੰਘੂੜੇ ਚ ਬੱਚਾ ਪਿਆ ਹੋਵੇ ਤੇ ਬੱਚਾ ਟਿਕਿਆ ਹੋਵੇ ਟਿਕੇ ਦਾ ਮਤਲਬ ਸਮਝਦੇ ਹੋ ਵੀ ਰੋ ਨਹੀਂ ਰਿਹਾ ਜਾਂ ਸੁੱਤਾ ਤੇ ਜਾਂ ਕਿਸੇ ਖਿਡੌਣੇ ਨਾਲ ਆਪਣੇ ਆਪ ਚ ਮਸਤ ਇਹ ਮਾਂ ਕੀ ਕਰਦੀ ਹੈ ਮਾਂ ਨੇ ਸੋਚਿਆ ਹੁੰਦਾ ਵੀ ਮੈਂ ਕੱਪੜੇ ਧੋਂਦੀ ਪਈ ਆ ਤੇ ਧੋ ਕੇ ਇਹਨਾਂ ਨੂੰ ਦੁੱਧ ਪਿਆਉਣਾ ਉਹਦੀ ਫਿਕਰ ਉਹਨਾਂ ਉਹਦੇ ਕੱਪੜੇ ਧੁੱਪ ਜਾਂਦੇ ਆ ਤੇ ਮਾਂ ਵੇਖਦੀ ਹੈ ਵੀ ਬੱਚਾ ਹਜੇ ਵੀ ਟਿਕਿਆ ਹੋਇਆ ਉਹ ਕੀ ਕਰਦੀ ਹੈ ਕਹਿੰਦੀ ਇਹ ਟਿਕਿਆ ਜੇ ਇੱਕ ਵਾਰੀ ਇਹ ਛਿੜ ਗਿਆ ਫਿਰ ਮੇਰੇ ਕੋਲੋਂ ਕੰਮ ਨਹੀਂ ਹੋਣੇ ਕੱਪੜੇ ਤੇ ਮੇਰੇ ਧੁੱਪ ਗਏ ਆ ਹੁਣ ਮੈਂ ਭਾਂਡੇ ਵੀ ਮਾਂਜ ਲਵਾਂ ਆਖੋ ਉਹਦੇ ਭਾਂਡੇ ਵੀ ਮਾਂਜੇ ਗਏ ਬੱਚਾ ਹਜੇ ਵੀ ਖਿਡੌਣੇ ਨਾਲ ਟਿਕਿਆ ਜਾਂ ਸੁੱਤਾ ਮਾਂ ਕਹਿੰਦੀ ਇਹ ਸਬਜ਼ੀ ਵੀ ਬਣਾ ਹੀ ਲਵਾਂ ਜੇ ਇਹ ਉੱਠ ਗਿਆ ਮੇਰਾ ਕੋਈ ਕੰਮ ਨਹੀਂ ਹੋਣਾ ਆਖੋ ਤੇ ਹੁਣ ਸੁਣਿਆ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਤਿੰਨ ਤੋਂ ਬਾਅਦ ਸਫਾਈਆਂ ਆ ਜਾਣਗੀਆਂ ਵੀ ਕੰਮ ਚੱਲਦੇ ਰਹਿਣੇ ਬੱਚਾ ਟਿਕਿਆ ਮਾਂ ਆਪਣੇ ਕੰਮ ਕਰੀ ਜਾਂਦੀ ਹੁਣ ਇਹਨਾਂ ਚਾਰਾਂ ਕੰਮਾਂ ਚ ਕਿਤੇ ਵੀ ਬੱਚਾ ਟਿਕਿਆ ਨਹੀਂ ਯਾਦ ਗਿਆ ਉਹਨੂੰ ਭੁੱਖ ਲੱਗੀ ਭੁੱਖ ਲੱਗੀ ਉਹਨੇ ਰੋਇਆ ਉਹਨੇ ਪੁਕਾਰ ਕੀਤੀ ਰੋਣ ਦਾ ਮਤਲਬ ਕੀ ਸੀ ਵੀ ਮਾਂ ਤੂੰ ਕਿੱਥੇ ਆ ਮੈਨੂੰ ਦੁੱਧ ਦੇ ਬੋਲਣਾ ਹਜੇ ਸਿੱਖਿਆ ਨਹੀਂ ਉਹ ਰੋਂਦਾ ਹੁਣ ਤੁਸੀਂ ਪੜ੍ਹੇ ਲਿਖੇ ਸਿਆਣੇ ਬੈਠੇ ਹੋ ਮੈਨੂੰ ਦੱਸੋ ਕਿਹੜੀ ਮਾਂ ਹੋਏਗੀ ਬੱਚਾ ਰੋਂਦਾ ਹੋਵੇ ਤੇ ਉਹ ਆਪਣੇ ਕੰਮ ਕਰੀ ਜਾਏ ਕਦੀ ਵੀ ਨਹੀਂ ਹੋ ਸਕਦਾ ਆਖੋ ਸਾਰੇ ਆਖੋ ਜੀ ਤੁਹਾਨੂੰ ਸਭ ਨੂੰ ਪਤਾ ਵੀ ਅੱਗੋਂ ਕੀ ਹੋਣਾ ਹੁਣ ਬੱਚਾ ਰੋਏ ਭਾਵੇਂ ਮਾਂ ਪਹਿਲੇ ਕੰਮ ਤੇ ਟਿੱਕੀ ਸੀ ਦੂਜੇ ਤੇ ਤੀਜੇ ਤੇ ਚੌਥੇ ਸੀ ਜਿਹੜਾ ਵੀ ਕੰਮ ਕਰ ਰਹੀ ਸੀ ਸਾਰੇ ਕੰਮ ਛੱਡ ਦੇਗੀ ਹੁਣ ਮਾਣ ਹੁੰਦਾ ਪਹਿਲੇ ਮੈਂ ਆਪਣੇ ਬੱਚੇ ਨੂੰ ਦੁੱਧ ਦਵਾਂ ਆਖੋ ਬਸ ਆਹ ਗੱਲ ਨੂੰ ਸਮਝ ਲੈਣਾ ਬੱਚੇ ਦਾ ਰੋਣਾ ਇੱਕ ਅਰਦਾਸ ਜਦੋਂ ਅਸੀਂ ਵੀ ਫਿਰ ਰੋਂਦੇ ਆ ਨਾ ਗੁਰੂ ਅੱਗੇ ਅਰਦਾਸ ਕਰਦੇ ਆ ਫਿਰ ਸਤਿਗੁਰ ਸਾਰੇ ਕਾਰਜ ਛੱਡ ਕੇ ਫਿਰ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਫਿਰ ਸਭ ਤੋਂ ਪਹਿਲੇ ਸਿੱਖ ਦਾ ਕਾਰਜ ਸਵਾਰਦੇ ਸਿੱਖ ਇਸ ਵਾਸਤੇ ਵੀ ਰੋਈ ਗੱਲ ਨੂੰ ਸਮਝ ਬਾਬਾ ਜੀ ਆਖਦੇ ਸਨ ਬਾਬਾ ਨਾਨਕ ਸਾਹਿਬ ਜੀ ਬੱਚਾ ਰੋਏਗਾ ਹੀ ਕਹਿੰਦੇ ਮਾਂ ਫਿਰ ਕਹਿੰਦੀ ਇਹ ਠੀਕ ਆ ਰਿਹਾ ਅਰਦਾਸ ਨੂੰ ਇਸ ਤਰ੍ਹਾਂ ਲੈਣਾ ਵੀ ਇਹ ਤੇਰਾ ਰੋਣਾ ਹੈ ਹੁਣ ਅੱਗੇ ਆ ਗਿਆ ਕਿ ਪਹਿਲੀ ਗੱਲ ਅਰਦਾਸ ਕਰਨੀ ਕਰਨੀ ਇੱਥੋਂ ਤੱਕ ਮਹਾਂਪੁਰਖ ਕਹਿੰਦੇ ਹੁੰਦੇ ਸੀ ਜੇ ਅਰਦਾਸ ਅਸੀਂ ਨਾ ਕਰੀਏ ਕਈ ਵਾਰੀ ਸਾਨੂੰ ਹਮੇ ਵੀ ਆ ਸਕਦੀ ਹੈ ਆਖੋ ਵੀ ਮੈਂ ਕਿੱਡਾ ਵੱਡਾ ਵਾਂ ਜੀ ਮੈਂ ਤੇ ਕੁਝ ਮੰਗਦਾ ਹੀ ਇਹ ਤੇ ਹਮੇ ਦੀ ਚੜ੍ਹ ਆਪਾਂ ਮੰਗਤੇ ਬਣ ਕੇ ਰਹਿਣਾ ਭਿਖਾਰੀ ਬਣ ਕੇ ਰਹਿਣਾ ਆਪਾਂ ਕਿਉਂ ਨਾ ਮੰਗੀਏ ਗੱਲ ਨੂੰ ਸਮਝਣਾ ਪਹਿਲੀ ਗੱਲ ਵੀ ਕਰਨੀ ਕਰਨੀ ਹੁਣ ਆ ਜਾਓ ਦੂਜੀ ਗੱਲ ਛੇਵੇਂ ਪਾਤਸ਼ਾਹ ਜੀ ਵੇਲੇ ਸਾਰੇ ਸੁਰਤੀਆਂ ਲੈ ਜਾਓ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਬੱਤੀ ਛੁੜ ਦੱਸਦੇ ਪਹਿਲੀ ਜੰਗ ਛੇਵੇਂ ਪਾਤਸ਼ਾਹ ਜੀ ਨੇ ਲੜੀ ਲੋਹਗੜ੍ਹ ਦੀ ਜੰਗ ਆਖੋ ਜਿਹੜੀ ਸਾਡੇ ਅੰਮ੍ਰਿਤਸਰ ਉੱਥੇ ਗੁਰਦੁਆਰਾ ਲੋਹਗੜ੍ਹ ਸਾਹਿਬ ਆ ਗਿਆ ਪਹਿਲੀ ਜੰਗ ਛੇਵੇਂ ਪਾਤਸ਼ਾਹ ਜੀ ਉਹ ਲੜੀ ਸੀ ਤੇ ਫਤਿਹ ਹੋਈ ਸੀ ਜਿਸ ਦਿਨ ਲੋਕਰ ਦੀ ਜੰਗ ਲੜਨੀ ਸੀ ਨਾ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਅਕਾਲ ਤਖ਼ਤ ਸਾਹਿਬ ਤੋਂ ਥੱਲੇ ਉਤਰੇ ਤੇ ਮੈਂ ਕਥਾ ਪੜ੍ਹ ਰਿਹਾ ਸਰ ਸੰਗਤ ਜੀ ਦਰਬਾਰ ਸਾਹਿਬ ਦੀਆਂ ਛੇਵੇਂ ਪਾਤਸ਼ਾਹ ਜੀ ਨੇ ਪੰਜ ਪਰਿਕਰਮਾ ਕੀਤੀਆਂ ਜੀ ਆਖੋ
سارے آخو جی پانچ وٹیاں پرکرما دربار صاحب سے پہلے اندر درشن کیتے درشن کرن تو بعد پانچ پرکرما کیتیاں تے پانچ وٹیاں پرکرما کرن تو بعد چھویں پاتشاہ جی نے ارداس کیتی پہلے پانچ پاتشاہیاں دا نام دتا جیڑی اج ارداس اسی کرنے آئے ادو نہیں سی گرمکھا نے بعد چ پنتھ نے لکھی ادو پاتشاہ جی نے پہلے پانچ پاتشاہیاں دا نام دتا دھن دھن شری گرو نانک دیو صاحب سارے بولو دھن دھن شری گرو انگد دیو صاحب دھن دھن شری گرو امر داس صاحب دھن دھن شری گرو رام داس صاحب دھن دھن شری گرو ارجن دیو صاحب پانچ پاتشاہیاں دا نام لے کے ہن چھویں پاتشاہ جی نے ارداس کی کیتی کہ پاتشاہ اج جگ دی شروعات ہونی ہے کرپا کرنا تسی انگ سنگ سہائی ہونا تسی جنگ وچ ساڈی رکھیا کرنی ساڈی فتح بخشنی سانو جنگ وچ جیت بخشنی آخو میں جو ایک دفعہ پڑھ رہا سارا کبھی بھائی سنتوخ سنگھ جی نے انہوں بڑی ڈٹیل چ لکھا میں حیران رہ گیا میرے اندر ایک گل آئی وائے شوز بھی گرو ہرگوبند صاحب جی کی لوڑ پی ارداس کرتی آخو کی وہ ڈاؤٹ فل سن بھی جنگ ہار سکتے ہیں نہیں گل سمجھ کہ بڑی بڑی گروہاں دے ایک ایک قدم تو سکھیا لیا پیا مہاراج کوئی ڈاؤٹ فل نہیں سی ہے وہ آپ سمرتھ نے انہوں نے چرنا چ ارداسا کر کے اسی بخشیشاں لینے ہاں پر وہ ارداس خود کر رہے گل نو سمجھ میں وہ نہ بھی ارداس کرتے چل سکتا سی یہ تو ہے نہیں بھی انہوں نے ایک رتی بھر بھی شکا ہوئے گی تریڑ ہوئے گی بھی میں جنگ ہار سکتا کدی بھی نہیں ہو سکتا آخو جب تو میرے ول ہے تال تو سب کچھ میرے سوچا جا دے رہا ਤੁਹਾਨੂੰ ਪਤਾ ਹੈ ਜਿਹੜੀ ਗੱਲ ਮਨ ਕਰਨ ਲੱਗਾ ਨਾ ਇਹਦੇ ਚ ਕਈਆਂ ਨੂੰ ਮੰਨਣ ਚ ਆਏਗੀ ਕਈਆਂ ਦੇ ਨਹੀਂ ਆਏਗੀ ਇੱਕ ਰਾਈਟਰ ਹੋਏ ਨੇ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਜਿਹਨਾਂ ਦੀਆਂ ਪੁਸਤਕਾਂ ਸ਼੍ਰੋਮਣੀ ਕਮੇਟੀ ਨੇ ਵੀ ਛਾਪੀਆਂ ਉਹ ਪ੍ਰਵਾਨਿਤ ਨੇ ਉਹਨਾਂ ਦਸਾਂ ਪਾਤਸ਼ਾਹਾਂ ਦਾ ਇਤਿਹਾਸ ਲਿਖਿਆ ਪਰ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਹੋਰਾਂ ਨੇ ਕਿਤਾਬ ਲਿਖੀ ਹੈ ਤੁਸੀਂ ਸਰਚ ਕਰ ਲੈਣਾ ملتی ہے بازاروں کو کتاب کا ٹائٹل پتا کی رکھا منو پاوے نا تھی حیران ہو گئے یہ کتاب کا ٹائٹل ہویا منو پاوے نا انہوں نے وہ ڈائی تین سو چیزیں یہو جی ہے ڈیٹیل چ جنہ بارے دو راما ہو سکتی ہیں بھی ایک جنا من سکتا ہے دوجا نہیں من سکتا آخو یہ سارے سکھ پت چ ہے انہیں کتاب کا نا ہی یہ رکھے منو پاوے نہ منو پر اس لیے جب چمکور کی گڑی جنگ ہوئی ہے نا پہلا تیر کیونکہ وہ یہو جی ان بیلنس جنگ ہوئی ہے جہاں اتہاس کوئی مقابلہ ہی نہیں ہے آخو کوئی ہور ایگزامپل ہی نہیں ہے ان بیلنس جنگ سمجھ رہے ہو دس لاکھ تو بھی گنتی زیادہ اسی دس لاکھ اسی عام لینے ہاں کیونکہ جیڑا مہاراج نے جفر نامہ لکھا ہے نا وہ گرو گوبند سنگھ جی نے دس لاکھ کی گنتی مینشن کی آخو اسی انہوں تاں دس لاکھ لینا نہیں تے میں تمہیں دس نہیں سکتا ایک سرحد تو وڈی وڈا صوبہ سی ایک لاہور ایک ادھر تین علاقے دیا فوجیں وڈیاں سن تے باقی پتہ نہیں کنے پہاڑی راجیا دیا فوجیں سن ڈوکریاں دی کتنی فوج سی اتنا کنی فوجیں سن
ਤੇ ਮਹਾਰਾਜ ਜੀ ਕਹਿੰਦੇ ਜਦੋਂ ਚਮਕੌਰ ਦੀ ਗੜੀ ਦੇ ਉੱਤੋਂ ਵੇਖਦੇ ਸੀ ਤੇ ਸੀਨ ਪਤਾ ਕਿੱਦਾਂ ਦਾ ਸੀ, ਜਿਵੇਂ ਸਮੁੰਦਰ ਦੇ ਵਿੱਚ ਟਾਪੂ ਚ ਖਲੋ ਜਾਈਏ ਤੇ ਟਾਪੂ ਤੋਂ ਸੱਜੇ ਖੱਬੇ ਚਾਰੇ ਪਾਸੇ ਨਿਗਾਹ ਮਾਰੀਏ ਤੇ ਪਾਣੀ 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 ਪਾਣੀ, ਕਹਿੰਦੇ ਚਮਕੌਰ ਦੀ ਗੜੀ ਨੂੰ ਟਾਪੀ ਟਾਪੂ ਸਮਝੋ, ਤੇ ਜਿੱਥੋਂ ਤੱਕ ਨਿਗਾਹ ਜਾਂਦੀ ਸੀ ਮੁਗਲਾਂ ਦੇ ਸੇਰੀ ਸਿਰ ਨਜ਼ਰ ਆਉਂਦੇ ਸੀ ਆਖੋ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਹਿਲਾ ਤੀਰ ਚਲਾਇਆ, ਹੁਣ ਸੁਣਿਓ ਮੇਰੀ ਗੱਲ ਮੈਂ ਕਹਿਣ ਲੱਗਾ ਸਾ, ਮਹਾਰਾਜ ਜੀ ਨੇ ਪਹਿਲਾ ਤੀਰ ਚਲਾਇਆ। ਤੀਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤੀਰ ਹੁੰਦਾ ਜਿਹਨੂੰ ਨੁੱਕਰ ਵਾਲਾ, ਇੱਕ ਤੀਰ ਨੂੰ ਖੱਪੜ ਵਾਲਾ ਤੀਰ ਕਹਿੰਦੇ, ਜਿਹੜਾ ਵੱਡੇ ਖੱਲ ਵਾਲਾ ਤੀਰ ਹੁੰਦਾ ਜਿਹੜਾ ਤੁਸੀਂ ਹਜ਼ੂਰ ਸਾਹਿਬ ਦਰਸ਼ਨ ਕੀਤੇ ਹੋਣਗੇ ਆਖੋ, ਪਾਣ ਦੇ ਪੱਤੇ ਵਾਂਗੂ ਨਾ ਏਦਾਂ ਫਲ ਬਣਿਆ ਹੁੰਦਾ, ਉਹਨੂੰ ਖੱਪੜ ਵਾਲਾ ਤੀਰ ਵੀ ਕਹਿੰਦੇ ਨੇ, ਉਹਨੂੰ ਖੱਲ ਵਾਲਾ ਤੀਰ ਵੀ ਕਹਿੰਦੇ। ਕਹਿੰਦੇ ਮਹਾਰਾਜ ਜੀ ਨੇ ਤਿੰਨ ਤੀਰ ਚਲਾਏ ਤੇ ਇੱਕ ਤੀਰ ਚਲਾਇਆ ਪਹਿਲਾ ਪਰਮੇਸ਼ਰ ਦਾ ਧਿਆਨ ਧਰ ਕੇ, ਤੇ ਜਦੋਂ ਪਹਿਲਾ ਤੀਰ ਚਲਾਇਆ ਤੇ ਇੱਕ ਤੀਰ ਦੇ ਨਾਲ 10,000 ਮੁਗਲਾਂ ਨੂੰ ਵਿੰਨ ਦਿੱਤਾ ਆਖੋ। ਦੂਸਰਾ ਤੇ ਤੀਸਰਾ ਤਿੰਨ ਤੀਰ ਦੇ ਨਾਲ 30,000 ਬੰਦਾ ਜਦੋਂ ਮਰਿਆ ਨਾ ਤੇ ਮੁਗਲਾਂ ਨੂੰ ਹਿਲਜੁਲ ਹੋ ਗਈ ਸੀ। ਉਹ ਸਮਝਦੇ ਸੀ ਵੀ ਅੰਦਰ 50,000 ਬੰਦੇ ਨੂੰ 10,00,000 ਨੇ ਘੇਰਾ ਪਾਇਆ, ਪਰ ਜਦੋਂ ਤਿੰਨ ਤੀਰਾਂ ਦੇ ਨਾਲ ਹੀ 30,000 ਬੰਦਾ ਚੜ੍ਹਾਈ ਕਰ ਗਿਆ, ਉਹ ਕਹਿੰਦੇ ਵੀ ਸਾਨੂੰ ਗਲਤ ਰਿਪੋਰਟ ਮਿਲੀ, ਅੰਦਰ ਪਤਾ ਨੀ 1,000 ਹੀ ਬੰਦੇ ਨੇ ਆਖੋ। ਸਾਰੇ ਆਖੋ ਜੀ, ਮੈਂ ਗੱਲ ਸਿਰਫ ਤਾਂ ਕੀਤੀ ਇਹ ਮਿਸਾਲ ਤਾਂ ਦਿੱਤੀ, ਹੋ ਸਕਦਾ ਕਈਆਂ ਦੇ ਮਨ ਚ ਨਾ ਹੋਵੇ, ਤਾਂ ਮੈਂ ਪਹਿਲੇ ਡਿਟੇਲ ਕੀਤੀ ਹੈ ਵੀ ਕਈ ਵਾਰੀ ਜ਼ਰੂਰੀ ਨੀ ਹੁੰਦੀ ਵੀ ਇੱਕ ਨਾਲ ਦੂਜਾ ਸਹਿਮਤ ਹੁੰਦਾ, ਵੀ ਆਪਣੇ ਹਰ ਕਿਤੇ ਆਪਣੇ ਲੌਜਿਕ ਹੁੰਦੇ ਹੈ, ਪਰ ਚੀਜ਼ਾਂ ਹੈਗੀਆਂ ਇਹ ਗ੍ਰੰਥਾਂ 'ਚ ਲਿਖੇ ਹੈ। ਇੱਕ ਕਵੀ ਭਾਈ ਸੰਗੋਪ ਸਿੰਘ ਜੀ ਨੇ ਮੈਂਸ਼ਨ ਕੀਤਾ ਹੈ, ਇੱਕ ਤੀਰ ਨਾਲ 10,000 ਬੰਦਾ ਵੀ ਤਾਂ ਮੈਂ ਸਿਰਫ ਸਤਿਗੁਰ ਦੀ ਸਮਰੱਥਾ ਦੱਸ ਰਿਹਾ ਸਾਂ। 6ਵੇਂ ਪਾਤਸ਼ਾਹ ਜੀ ਨੂੰ ਰੱਤੀ ਭਰ ਵੀ ਡਾਊਟ ਨਹੀਂ ਹੋਏਗਾ ਕਿ ਉਹ ਜੰਗ ਹਾਰ ਸਕਦੇ ਹੈ, ਸਿਰਫ ਇੱਕ ਐਗਜ਼ਾਮਪਲ ਸੈੱਟ ਕੀਤੀ ਅਰਦਾਸ ਦੀ ਆਖੋ। ਸਾਰੇ ਆਖੋ ਜੀ, ਕਿਹੜੀ ਐਗਜ਼ਾਮਪਲ ਸੈੱਟ ਕੀਤੀ? ਕਈ ਵਾਰੀ ਸਾਡੇ ਅੰਦਰ ਪਤਾ ਕੀ ਹੁੰਦਾ, ਜਿਹੜਾ ਕੰਮ ਪ੍ਰਤੀ ਤੇ ਅਸੀਂ ਡਾਊਟਫੁਲ ਹੁੰਦੇ ਹਾਂ ਨਾ, ਪਤਾ ਨੀ ਹੋਣਾ ਹੈ ਕਿ ਨਹੀਂ ਹੋਣਾ, ਉਹਦੀ ਤੇ ਆਪਾਂ ਅਰਦਾਸ ਕਰਕੇ ਜਾਂਦੇ ਹਾਂ ਆਖੋ। ਸਾਰੇ ਆਖੋ ਜੀ, ਸਮਝਦੇ ਗੱਲ, ਮਿਥਾਈ ਲਾਈ ਹੋਈ ਹੈ, ਕਿਹਾ ਵੀ ਹੋਇਆ। ਉਹ ਬੰਦਾ ਕਹਿੰਦਾ ਸੀ ਮੈਂ ਅਫਸਰ ਨੂੰ ਕਹਿ ਦਾਂਗਾ, ਹੁਣ ਪਤਾ ਨੀ ਅਫਸਰ ਨੇ ਕਰਨਾ ਹੈ ਕਿ ਨਹੀਂ ਕਰਨਾ, ਉਦੋਂ ਅਸੀਂ ਪਾਠ ਵੀ ਕਰਾਂਗੇ, ਆਨੰਦ ਸਾਹਿਬ ਵੀ ਬਣਾਂਗੇ, ਦੇਗ ਵੀ ਬਣਾਵਾਂਗੇ, ਅਰਦਾਸ ਕਰਕੇ ਜਾਵਾਂਗੇ, ਮਹਾਰਾਜ ਪਤਾ ਨੀ ਅਫਸਰ ਮੰਨਦਾ ਨੀ ਮੰਨਦਾ, ਤੁਸੀਂ ਕਿਰਪਾ ਕਰਦੇ ਹੋ। ਡਾਊਟਫੁਲ ਹੁੰਦਾ ਨਾ, 50-50 ਹੁੰਦਾ, ਇਸ ਬਾਤ ਚੱਲ ਵੀ ਜਾਏਗੀ ਹੈ, ਪਤਾ ਨੀ ਨਹੀਂ ਵੀ ਚੱਲੇ, ਉਹਦੀ ਅਸੀਂ ਅਰਦਾਸ ਕਰਦੇ ਹਾਂ। ਤੇ ਕਈ ਵਾਰੀ ਕੀ ਹੁੰਦਾ, ਹੁਣ ਜਿਹੜੀ ਗੱਲ ਸੈਕੰਡਰੀ ਧਿਆਨ ਦੇਣਾ, ਕਈ ਵਾਰੀ ਅਸੀਂ ਸ਼ੋਰ ਹੁੰਦੇ ਹਾਂ ਵੀ ਕੰਮ ਹੋਇਆ ਪਿਆ, ਵੀ ਉਹ ਬੰਦੇ ਨੇ ਕਿਹਾ ਉਹ ਬੰਦਾ ਮੇਰਾ ਬੜਾ ਮਿੱਤਰ, ਉਹਨੇ ਕਦੀ ਨਾ ਹੀ ਨਹੀਂ ਕੀਤੀ, ਕੰਮ ਤੇ ਹੋਇਆ ਨਹੀਂ ਪਿਆ, ਪੈਸੇ ਪਏ ਹੋਏ ਆ, ਮੈਂ ਖੜਾ ਨਹੀਂ ਜਾਣੇ ਆ, ਉਦੋਂ ਅਸੀਂ ਅਰਦਾਸ ਨਹੀਂ ਕਰਦੇ ਆਖੋ। ਗੱਲ ਨੂੰ ਸਮਝੇ, ਮੇਰੀ ਪੁਆਇੰਟ ਆਇਆ ਹੈ, ਕਈ ਵਾਰੀ ਅਸੀਂ ਡੈਡ ਸ਼ੋਰ ਹੁੰਦੇ ਹਾਂ ਵੀ ਕੰਮ ਤੇ ਹੋਇਆ ਪਿਆ, ਇਹਦੀ ਅਰਦਾਸ ਕਰਨ ਦੀ ਕੀ ਲੋੜ ਹੈ, ਉਦੋਂ ਅਰਦਾਸ ਨਹੀਂ ਕਰਦੇ। ਬਸ ਇੱਥੇ ਆਹ ਪੁਆਇੰਟ ਸਮਝਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੋਹਗੜ੍ਹ ਦੀ ਜੰਗ ਤੇ ਚੱਲੇ ਰੇ, ਜੰਗ ਜਿੱਤੀ ਜਾਏਗੀ ਜਾਂ ਇਹਦੇ ਚ ਕੋਈ ਉਹਨਾਂ ਨੂੰ ਦੋ ਰਾਏ ਨਹੀਂ, ਪਰ ਸਾਨੂੰ ਇੱਕ ਮਿਸਾਲ ਦੇਣੀ ਸੀ, ਸਿੱਖਾ ਤੋਂ ਡੈਡ ਸ਼ੋਰ ਵੀ ਕਿਉਂ ਨਾ ਹੋਵੇ ਵੀ ਕੰਮ ਸਿਰੇ ਤੇ ਹੈ, ਕੰਮ ਫਤਿਹ ਹੋਇਆ, ਪਰ ਯਾਦ ਰੱਖੀ ਟੇਕ ਗੁਰੂ ਦੀ ਰੱਖਣੀ ਹੈ ਆਖੋ। ਅਰਦਾਸ ਕਰਕੇ ਹੀ ਨਿਕਲਣਾ ਸੱਚੇ ਪਾਤਸ਼ਾਹ, ਮੇਰ ਤੁਸੀਂ ਕਰਨੀ ਇਹ ਕੰਮ ਭਾਵੇਂ ਹੋਇਆ ਪਰ ਤੇਰੇ ਕਿਰਪਾ ਨਾਲ ਨਹੀਂ ਹੋ ਸਕਦਾ ਆਖੋ, ਤੇਰੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ। ਕਹਿੰਦੇ ਅਰਦਾਸ ਕਰ ਸੱਚੇ ਪਾਤਸ਼ਾਹ ਮੈਂ ਜਾ ਰਿਹਾ, ਤੁਸੀਂ ਕਿਰਪਾ ਕਰਿਓ ਆਖੋ। ਇਹ ਦੂਸਰਾ ਬਚਨ ਜੇ ਪਹਿਲਾ ਕਈਆਂ ਦੇ ਮਨ ਚ ਹੁੰਦਾ ਅਰਦਾਸ ਕਰੀਏ ਨਾ ਕਰੀਏ, ਨਹੀਂ ਸਿੱਖ ਨੇ ਅਰਦਾਸ ਕਰਨੀ ਕਰਨੀ। ਦੂਜਾ ਹੁੰਦਾ ਜੇ ਡਾਊਟਫੁਲ ਵਾਲੇ ਕੰਮ ਤੇ ਅਰਦਾਸ ਅਸੀਂ ਕਰਦੇ ਹਾਂ, ਡੈਡ ਸ਼ੋਰ ਵਾਲੇ ਤੇ ਨਹੀਂ ਕਰਦੇ, ਪਰ ਨਹੀਂ ਕੋਈ ਵੀ ਕਾਰਜ ਤੂੰ ਠਾਕੁਰ, ਸਾਰੇ ਬੋਲੋ ਤੂੰ ਠਾਕੁਰ, ਅਰਦਾਸ ਕਰਕੇ ਨਿਕਲਣਾ,
ਤੇ ਸਤਿਗੁਰੂ ਨਾਲ ਵਰਤਦੇ ਨਾਲ ਸਹਾਈ ਹੁੰਦੇ। ਹੁਣ ਤੀਸਰਾ ਪੁਆਇੰਟ ਕੀ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ, ਉਹਦੀ ਸਮਰੱਥਾ ਤੇ ਕਦੀ ਕਿੰਤੂ ਨਾ ਕਰਿਓ। ਆਖੋ ਸਾਰੇ ਆਖੋ ਜੀ, ਉਹਦੇ ਤੇ ਇੰਨੀ ਭਾਵਨਾ ਹੋਵੇ, ਇੰਨੀ ਭਾਵਨਾ ਹੋਵੇ ਕਿ ਜਿਹਦੇ ਕੋਲ ਮੈਂ ਮੰਗ ਰਿਹਾ ਉਹਦੇ ਕੋੜੇ ਰੀਠੇ ਵੀ ਮਿੱਠੇ ਕਰ ਸਕਦਾ। ਆਖੋ ਜਿਹਦੇ ਕੋਲੋਂ ਮੈਂ ਮੰਗ ਰਿਹਾ ਉਹ ਸੁੱਕਿਆਂ ਨੂੰ ਵੀ ਹਰਿਆ ਕਰ ਦਿੰਦਾ, ਉਹਦੇ ਵਾਸਤੇ ਕੁਝ ਵੀ ਮੁਸ਼ਕਲ ਨਹੀਂ ਹੈਗਾ। ਉਹ ਏਡਾ ਵੱਡਾ ਹੈ, ਉਹ ਸਭ ਕੁਝ ਕਰ ਸਕਦਾ ਹੈ ਜਿਹਦੇ ਕੋਲ ਮੈਂ ਮੰਗ ਰਿਹਾ। ਜੇ ਕਰਮਾਂ ਚ ਨਹੀਂ ਵੀ ਲਿਖਿਆ ਤੇ ਗੁਰੂ ਬਾਬਾ ਜੀ ਨਵੇਂ ਸਿਰਿਓ ਵੀ ਲਿਖ ਸਕਦੇ ਹੈ। ਆਖੋ ਉਹਦੇ ਤੇ ਸਮਰੱਥਾ, ਉਹਦੀ ਸਮਰੱਥਾ ਤੇ ਭਰੋਸਾ। ਇੱਕ ਵਾਰੀ ਨਾ ਸੋਕਾ ਪੈ ਗਿਆ, ਸੋਕੇ ਦਾ ਮਤਲਬ ਤੁਸੀਂ ਸਮਝਦੇ ਹੋ ਬਾਰਿਸ਼ ਨਾ ਹੋਈ, ਚਾਰ ਪੰਜ ਮਹੀਨੇ ਟੱਪ ਗਏ ਤੇ ਹੁਣ ਮੀਂਹ ਨਾ ਪਵੇ ਤੇ ਪਿੰਡਾਂ ਦੇ ਪਿੰਡ ਸਨ ਪਰੇਸ਼ਾਨ ਵੀ ਜੇ ਔੜ ਲੱਗ ਗਈ ਤੇ ਬਰਬਾਦ ਹੋ ਜਾਣਗੇ ਫਸਲ ਕੱਢੇ ਤੇ। ਹੁਣ ਸੰਗਤ ਜੀ ਉਹਨਾਂ ਨੇ ਮੀਟਿੰਗ ਕੀਤੀ ਤੇ 40 ਪਿੰਡਾਂ ਨੇ ਰਲ ਕੇ ਨਾ ਇੱਕ ਪ੍ਰੋਗਰਾਮ ਬਣਾਇਆ ਵੀ ਰੱਬ ਨਾਰਾਜ਼ ਨਾ ਹੋ ਜੇ, ਰੱਬ ਅੱਗੇ ਅਰਦਾਸ ਕਰੀਏ ਰੱਬਾ ਮੀਂਹ ਪਾ ਦੇ। ਆਖੋ ਨਹੀਂ ਤੇ ਬਰਬਾਦ ਹੋ ਜਾਣਗੇ। 40 ਪਿੰਡਾਂ ਨੇ ਨਾ ਅਰਦਾਸ ਦਾ ਪ੍ਰੋਗਰਾਮ ਰੱਖ ਲਿਆ ਤੇ ਰੱਖਿਆ ਕਿਤੇ ਸੈਂਟਰ ਵਾਲੀ ਜਗ੍ਹਾ ਤੇ। 40-50 ਪਿੰਡ ਇਕੱਠੇ ਹੋਣੇ ਆ ਤੇ ਖੁੱਲੀ ਜਗ੍ਹਾ ਰੱਖੀ ਤੇ ਸੈਂਟਰ ਵਾਲੀ ਜਗ੍ਹਾ ਰੱਖ ਲਈ ਜਿੱਥੇ ਸਾਰੇ ਇਕੱਠੇ ਹੋ ਕੇ ਪਹੁੰਚ ਲਾਂ। ਕਈਆਂ ਦਾ, ਕਈਆਂ ਨੂੰ ਰਸਤਾ 10 ਮਿੰਟ ਦਾ ਸੀ ਤੇ ਕਈਆਂ ਨੂੰ 2-2.5 ਘੰਟੇ ਦਾ ਸੀ, ਸੈਂਟਰ ਵਾਲੀ ਜਗ੍ਹਾ ਰੱਖ ਲਈ ਤੇ ਇੱਕ ਪਿੰਡ ਵਾਲੇ ਉਹਨਾਂ ਨੂੰ 2.5 ਘੰਟੇ ਦਾ ਰਾਹ ਪੈਂਦਾ। ਉਹ 50-60 ਜਾਣੇ ਇਕੱਠੇ ਹੋ ਕੇ ਨਿਕਲੇ ਵੀ ਅਰਦਾਸ ਕਰਨ ਜਾਣੀ ਹੈ। ਦੁਪਹਿਰ ਦਾ ਟਾਈਮ ਰੱਖਿਆ 12 ਵਜੇ ਤੇ 9 ਵਜੇ ਨਿਕਲ ਜਾਈਏ ਤੇ ਜਦੋਂ 9 ਵਜੇ ਨਿਕਲੇ ਨਾ ਅਰਦਾਸ ਕਰਨ 50-60 ਬੰਦੇ ਇੱਕ ਪਿੰਡ ਚੋਂ, 40 ਪਿੰਡਾਂ ਨੇ ਅਰਦਾਸ ਦਾ ਪ੍ਰੋਗਰਾਮ ਰੱਖਿਆ ਤੇ ਜਦੋਂ ਨਿਕਲੇ ਤੇ ਰਸਤੇ ਵਿੱਚ ਇੱਕ ਫਕੀਰ ਮਿਲਿਆ ਕਿ ਦਵੀ ਇਹ ਸਾਰਾ ਇਕੱਠ ਕਿੱਥੇ ਚੱਲਿਆ? ਕਹਿੰਦੇ ਬਾਬਾ ਜੀ 4 ਮਹੀਨੇ ਹੋ ਗਏ ਮੀਂਹ ਨਹੀਂ ਪੈ ਰਿਹਾ, ਫਲਾਣੀ ਜਗ੍ਹਾ ਅਰਦਾਸ ਰੱਖੀ, ਅਸੀਂ ਸਾਰੇ ਅਰਦਾਸ ਕਰਨ ਚੱਲੇ ਹਾਂ, ਬਾਬਾ ਮੀਂਹ ਪਾ ਦੇਣਾ, ਜੇ ਸਾਡੀਆਂ ਭੁੱਲਾਂ ਹੋਈਆਂ ਤੇ ਬਾਬਾ ਮਾਫ਼ ਕਰ ਦੇਵੇ। ਤੇ ਮਹਾਂਪੁਰਸ਼ ਸੁਣਦੇ ਪਏ ਕਹਿੰਦੇ ਵਾਹ ਵਾਹ, ਇਹ ਤੇ ਵਧੀਆ ਗੱਲ ਹੈ ਵੀ ਜੇ ਰੱਬ ਨੇ ਮੀਂਹ ਨਹੀਂ ਪਾਇਆ ਤੇ ਰੱਬ ਕੋਲ ਹੀ ਮੰਗਣਾ। ਤੇ ਉਹਨੂੰ ਫਕੀਰ ਪਤਾ ਕੀ ਕਹਿੰਦਾ? ਕਹਿੰਦਾ ਪਰ ਭਾਈ ਤੁਸੀਂ ਖਾਲੀ ਹੱਥੀ ਚੱਲੇ। ਕਹਿੰਦਾ ਜੀ ਕੀ ਮਤਲਬ? ਕਹਿੰਦੇ ਤੁਸੀਂ ਅਰਦਾਸ ਕਰਨ ਚੱਲੇ ਹੋ ਪਰ ਖਾਲੀ ਹੱਥ। ਅੱਗੋਂ ਬੰਦੇ ਪਤਾ ਕੀ ਕਹਿੰਦੇ ਜਿਹੜੇ 2-4 ਅੱਗੇ ਲੱਗੇ ਹੁੰਦੇ ਅਸਿਆਂ ਦੇ? ਕਹਿੰਦੇ ਜੀ ਅਰਦਾਸ ਕਰਨ ਜਾਣਾ ਉਹਦੇ ਵਾਸਤੇ ਕੀ ਸਮਾਨ ਦੀ ਲੋੜ ਹੈ? ਖਾਲੀ ਹੱਥੀ ਜਾਣਾ ਉਹਦੇ ਵਾਸਤੇ ਕੀ ਚਾਹੀਦਾ? ਮਹਾਂਪੁਰਸ਼ ਕਹਿੰਦੇ ਨੀ ਚਾਹੀਦਾ ਤੇ ਕੁਝ ਨੀ, ਅਰਦਾਸ ਤੇ ਅੰਦਰੋਂ ਕਰਨੀ ਹੈ। ਪਰ ਮੈਂ ਵੇਖਦਾ ਪਿਆ ਤੁਹਾਡੇ ਕੋਲ ਮੀਂਹ ਤੋਂ ਬਚਣ ਦਾ ਕੋਈ ਸਾਧਨ ਹੀ ਨਹੀਂ ਹੈਗਾ। ਆਖੋ 2.5 ਘੰਟੇ ਦਾ ਰਾਹ ਹੈ, ਤੁਸੀਂ ਅਰਦਾਸ ਕਰੋਗੇ ਮੀਂਹ ਪੈ ਜਾਏਗਾ, ਨਾ ਤੁਹਾਡੇ ਕੋਲ ਛਤਰੀਆਂ ਨੇ, ਨਾ ਬਰਸਾਤੀ ਹੈ, ਨਾ ਕੋਈ ਉਹ ਜਿਹੇ ਕੱਪੜੇ ਜਿਹਦੇ ਤੋਂ ਮੀਂਹ ਤੋਂ ਭਿੱਜ ਜਾਓਗੇ ਬਚ ਜਾਓਗੇ। ਜਦੋਂ ਅਰਦਾਸ ਕਰੋ ਤੇ ਮੀਂਹ ਪਏਗਾ, 2.5 ਘੰਟੇ ਗਿੱਲੇ ਕਿੰਨਾ ਹੋ ਗਏ, ਕੋਈ ਛਤਰੀ ਲੈ ਲੈਣੀ ਸੀ, ਕੋਈ ਬਰਸਾਤੀ ਲੈ ਲੈਣੀ ਸੀ? ਅੱਗੋਂ ਬੰਦੇ ਪਤਾ ਕਹਿੰਦੇ, ਕਹਿੰਦੇ ਲੈ ਏਡੀ ਕਿਹੜਾ ਆਖਰ ਆਈ ਹੈ ਵੀ ਇੱਧਰ ਅਰਦਾਸ ਕਰਾਂਗੇ ਤੇ ਨਾਲ ਹੀ ਮੀਂਹ ਪੈ ਜਾਏਗਾ। ਆਖੋ ਸਾਰੇ ਆਖੋ ਜੀ, ਜਦੋਂ ਆਹ ਗੱਲ ਕਹੀ ਨਾ ਵੀ ਇੰਨੀ ਕਿਹੜਾ ਆਖਰ ਆਈ ਹੈ ਵੀ ਇੱਧਰ ਅਰਦਾਸ ਕਰਾਂਗੇ ਤੇ ਮੀਂਹ ਪੈ ਜਾਏਗਾ। ਮਹਾਂਪੁਰ ਕਹਿੰਦੇ ਵਾਹ ਭੋਲਿਓ, ਜਿਹਦੇ ਚਰਨਾਂ ਚ ਅਰਦਾਸ ਕਰਨ ਚੱਲੇ ਹੋ ਭਰੋਸਾ ਤੇ ਉਹਦੇ ਤੇ ਹੈ ਹੀ ਨੀ। ਆਖੋ ਜਿਹਦੇ ਚਰਨਾਂ ਚ ਅਰਦਾਸ ਕਰਨ ਚੱਲੇ ਹੋ ਪਹਿਲੇ ਭਰੋਸਾ ਰੱਖ, ਉਹਨੇ ਨਾ ਨੀ ਕਰਨੀ, ਉਹਨੇ ਮੀਂਹ ਪਾ ਦੇਣਾ। ਆਖੋ ਦਾਤ ਤੇਰੇ ਭਰੋਸੇ ਨੂੰ ਮਿਲਣੀ, ਦਾਤ ਦੇ ਅੰਦਰ ਸ਼ਰਧਾ ਨੂੰ ਮਿਲਣੀ। ਮੈਨੂੰ ਬਚਨ ਯਾਦ ਆ ਗਿਆ, ਸਾਡੇ ਜਲੰਧਰ ਇੱਕ ਅੰਮ੍ਰਿਤਸਰ ਦੀ ਕੁੜੀ ਨਾ ਜਲੰਧਰ ਵਿਆਹੀ ਗਈ, ਉਹਦੇ ਵਿਆਹ ਨੂੰ ਨਾ 6 ਸਾਲ ਹੋ ਗਏ, ਉਹਦੇ ਘਰ ਪੁੱਤਰ ਨਹੀਂ ਹੋਇਆ।
ਤੇ ਜਦੋਂ 6 ਸਾਲ ਬੱਚਾ ਨਾ ਹੋਵੇ ਤੇ ਫਿਰ ਰਿਸ਼ਤੇਦਾਰ ਨਾ ਫਿਰ ਜ਼ੋਰ ਪਾਉਂਦੇ ਆ ਆ ਤੈਨੂੰ ਫਲਾਣੇ ਮੰਨੇ ਲੈ ਕੇ ਜਾਵਾਂ ਉੱਥੇ ਮੱਥਾ ਟੇਕ ਆਖੋ ਸੰਗਤ ਅੱਗੇ ਕੀ ਹੋ ਜੂ ਥੋੜੀ ਅੱਗੇ ਕੀ ਹੋ ਜੂ ਸ਼ਾਬਾਸ਼ ਇਹਦੀ ਇਹਦੀ ਥੋੜੀ ਭਾਜੀ ਆਵਾਜ਼ ਵਧਾ ਦਿਓ ਇਹਦਾ ਵੋਲਿਊਮ ਵਧਾ ਦਿਓ ਹੁਣ ਸੰਗਤ ਜੀ ਖਿਆਲ ਕਰਿਓ ਆ ਜਿੰਨੀ ਦੇਰ ਅੱਗੇ ਕੀ ਹੁੰਦੀ ਹੈ ਨਾਲ ਨਾਲ ਸਾਰੇ ਦੱਸ ਲਈ ਅੰਮ੍ਰਿਤਸਰ ਦੀ ਬੱਚੀ ਸੀ ਜਲੰਧਰ ਵਿਆਹੀ ਗਈ 6 ਸਾਲ ਔਲਾਦ ਨਾ ਹੋਈ ਤੇ ਸਹੁਰਿਆਂ ਨੇ ਬੜੇ ਚੱਕਰ ਪਾਏ ਫਲਾਣੇ ਪਾਸੇ ਮੱਥਾ ਟੇਕ ਫਲਾਣੇ ਪੀਰ ਕੋ ਲੈ ਕੇ ਜਾਣਾ ਝੋਲੀ ਭਰ ਦੇ ਉਹਦਾ ਭਰੋਸਾ ਸੀ ਬਾਬਾ ਦੀਪ ਸਿੰਘ ਜੀ ਤੇ ਆਖੋ ਵਾਹਿਗੁਰੂ ਇਹ 15 ਸਾਲ ਪੁਰਾਣੀ ਗੱਲ ਹੈ ਉਹ ਬਾਕੀਆਂ ਨੂੰ ਤੇ ਟਰਕਾਉਂਦੀ ਰਹੀ ਤੇ ਜਦੋਂ ਗੱਲ ਆਈ ਨਾ ਸੱਸ ਨੂੰ ਸੱਸ ਨੇ ਜ਼ੋਰ ਪਾਇਆ ਤੇ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਆ ਵੀ ਨਾ ਵੀ ਨਹੀਂ ਹੋ ਸਕਦੇ ਉਹਨੂੰ ਕੁੜੀ ਡਰ ਗਈ ਵੀ ਜੇ ਸੱਸ ਦੀ ਗੱਲ ਨਾ ਮੰਨੀ ਤੇ ਘਰ ਮਾਹੌਲ ਖਰਾਬ ਹੋ ਸਕਦਾ ਆਖੋ ਹੁੰਦਾ ਵੀ ਉਹਨੇ ਆਪਣੇ ਘਰ ਵਾਲੇ ਨੂੰ ਮਨਾ ਲਿਆ ਵੀ ਮੈਂ ਕਿਤੇ ਮੱਥਾ ਨਹੀਂ ਟੇਕਣਾ ਤੇ ਮੰਮੀ ਕਹਿ ਰਹੇ ਆ ਵੀ ਫਲਾਣੀ ਜਗ੍ਹਾ ਚੱਲ ਤੇ ਮੈਂ ਨੀ ਕਿਤੇ ਜਾਣਾ ਮੈਨੂੰ 1 ਸਾਲ ਹੋਰ ਦੇ ਦਿਓ ਤੇ ਮੈਨੂੰ ਹਰ ਐਤਵਾਰ ਸ਼ਹੀਦਾਂ ਲੈ ਜਾ ਤੋ ਜਲੰਧਰ ਤੋਂ ਸ਼ਹੀਦਾਂ ਘੰਟੇ ਦਾ ਰਸਤਾ ਹੈ ਅੰਮ੍ਰਿਤਸਰ 1.5 ਘੰਟਾ ਲੱਗ ਜਾਵੇਗਾ ਕਿਤੇ ਮੈਨੂੰ ਐਤਵਾਰ ਤੇ ਐਤਵਾਰ ਲੈ ਜਾ ਕਰੋ ਜੇ ਸਾਲ ਗੱਲ ਨਹੀਂ ਬਣੇਗੀ ਤੇ ਜਿੱਦਾਂ ਤੁਸੀਂ ਕਹੋਗੇ ਮੈਂ ਤਿਆਰ ਆਖੋ 1 ਸਾਲ ਮੈਨੂੰ ਤੁਸੀਂ ਲੈ ਦਿਓ ਮੰਮੀ ਕੋਲੋਂ ਘਰ ਵਾਲਾ ਸਿਆਣਾ ਨੇ ਉਹਨੇ ਮਾਂ ਨੂੰ ਮਨਾ ਲਿਆ ਵੀ ਸਾਲ ਮੰਗਦੀ ਪਈ ਹੈ 1 ਸਾਲ ਹੋਰ ਦੇ ਦਿੰਦੇ ਆ ਜਿੱਤੇ 6 ਸਾਲ ਹੋ ਗਏ ਤੇ 7 ਸਾਲ ਮਾਂ ਵੀ ਮੰਨ ਗਈ ਸੱਸ ਮੰਨ ਗਈ ਹੁਣੇ ਜਦੋਂ ਐਤਵਾਰ ਆਏ ਆ ਨਾ ਸ਼ਹੀਦਾਂ ਸਾਹਿਬ ਤੇ ਉਹ ਬੱਚੀ ਨਾ ਬਾਬਾ ਦੀਪ ਸਿੰਘ ਜੀ ਨੂੰ ਸਭ ਕੁਝ ਮੰਨਦੀ ਸੀ ਆਖੋ ਸਾਰੇ ਆਖੋ ਜੀ ਜਿੱਧਰੋਂ ਦੀ ਅਰਦਾਸ ਉਹ ਕਰਾਉਂਦੇ ਆ ਨਾ ਗ੍ਰੰਥੀ ਸਿੰਘ ਸੋਪਾ ਦਿੰਦੇ ਆ ਪਤਾਸੇ ਦਾ ਪ੍ਰਸ਼ਾਦ ਦਿੰਦੇ ਆ ਸ਼੍ਰੀ ਅੰਮ੍ਰਿਤਸਰ ਸਾਹਮਣੇ ਆਪਾਂ ਦਰਸ਼ਨ ਕਰਦੇ ਹਾਂ ਤੇ ਥੋੜਾ ਜਿਹਾ ਖੱਬੇ ਹੋ ਕੇ ਜਿਹੜੀ ਸੱਜੇ ਹੱਥ ਬਾਰੀ ਉੱਥੇ ਉਹਨੇ ਸਰੂਪ ਦੇ ਅੱਗੇ ਅਰਦਾਸ ਕੀਤੀ ਤੇ ਉਹ ਬੱਚੀ ਨਾ ਅਰਦਾਸ ਕਰਦਿਆਂ ਕਰਦਿਆਂ ਨਾ ਰੋ ਪਈ ਆਖੋ ਸਾਰੇ ਆਖੋ ਜੀ ਹੁਣ ਗੌਰ ਕਰਿਓ ਜਿਹੜੀ ਮੈਂ ਗੱਲ ਕਹਿਣ ਲੱਗਾ ਕਈ ਵਾਰੀ ਅਰਦਾਸ ਨਾ ਗਿਣੇ ਮਿੱਥੇ ਜੋ ਲਫ਼ਜ਼ ਲਿਖੇ ਨੇ ਕਈ ਵਾਰੀ ਆਪਾਂ ਉਹ ਬੋਲਦੇ ਹਾਂ ਕਈ ਵਾਰੀ ਅਰਦਾਸ ਕੀਤੀ ਨਹੀਂ ਜਾਂਦੀ ਹੋ ਜਾਂਦੀ ਹੈ ਆਖੋ ਤੁਸੀਂ ਸਾਰੇ ਸਮਝਦੇ ਹੋ ਉਦੋਂ ਅਰਦਾਸ ਕਰਦਿਆਂ ਕਰਦਿਆਂ ਨਾ ਰੋ ਪਈ ਤੇ ਰੋਂਦਿਆਂ ਰੋਂਦਿਆਂ ਪਤਾ ਕੀ ਕਹਿੰਦੀ ਕਹਿੰਦੀ ਬਾਬਾ ਦੀਪ ਸਿੰਘ ਜੀ ਮੈਂ ਤੈਨੂੰ ਛੱਡ ਕੇ ਹੋਰ ਕਿਤੋਂ ਪੁੱਤਰ ਨਹੀਂ ਉਹ ਮੰਗਣਾ ਆਖੋ ਤੇਰੇ ਕੋਲ ਹੀ ਲੈਣਾ ਏਦਾਂ ਅਰਦਾਸ ਕਰਨ ਲੱਗ ਪਈ ਜਿਵੇਂ ਪਿਓ ਨਾਲ ਗੱਲਾਂ ਨਹੀਂ ਕਰੀ ਕਹਿੰਦੀ ਬਾਬਾ ਜੀ ਮੈਂ ਕਿਤੇ ਵੀ ਹੋਰ ਮੰਗਣ ਜਾਣਾ ਮੈਂ ਤੇਰੇ ਕੋਲ ਹੀ ਲੈਣਾ ਅੱਗੋਂ ਲਫ਼ੇ ਪਤਾ ਕੀ ਕਹਿੰਦੀ ਕਹਿੰਦੀ ਲੈਣਾ ਵੀ ਪੁੱਤਰ ਏ ਆਖੋ ਹੁਣ ਇੱਥੇ ਮੈਂ ਇੱਕ ਮੈਂਸ਼ਨ ਕਰਦਾ ਵੀ ਧੀਆਂ ਮਾੜੀਆਂ ਨਹੀਂ ਜੇ ਹੁੰਦੀਆਂ ਆਖੋ ਧੀ ਹੋਵੇ ਪੁੱਤਰ ਹੋਵੇ ਕਿਹੜੇ ਪੱਥੇ ਪ੍ਰਵਾਨ ਕਰਿਆ ਕਈ ਵਾਰੀ ਧੀਆਂ ਪੁੱਤਰਾਂ ਨਾਲੋਂ ਵੀ ਵੱਧ ਸੁੱਖ ਦੇ ਜਾਂਦੀ ਹੈ ਜੀ ਆਖੋ
ਗੱਲ ਤੇ ਸੁੱਖ ਦੀ ਹੈ ਜੋ ਬਾਬੇ ਨੇ ਦਿੱਤੇ ਸੁੱਖ ਉਹਦੇ ਵਿੱਚ ਹੁਣ ਗੌਰ ਕਰਿਓ ਪਰ ਉਹਦੇ ਉਹਦੇ ਅੰਦਰੋਂ ਨਿਕਲ ਗਈ ਅਰਦਾਸ ਕਹਿੰਦੀ ਲੈਣਾ ਵੀ ਤੁਹਾਡੇ ਕੋਲੋਂ ਹੈ ਲੈਣਾ ਵੀ ਪੁੱਤਰ ਹੈ ਤੇ ਅਗਲੇ ਲਫ਼ਜ਼ ਉਹਦੇ ਮੂੰਹੋਂ ਨਿਕਲ ਕੇ ਲੈਣਾ ਵੀ ਪੁੱਤਰਾਂ ਦਾ ਜੋੜਾ ਹੈ ਆਖੋ ਵੀ ਹੁਣ 6 ਸਾਲ ਹੋ ਗਏ ਦੋ ਲੈ ਅਗਲੀ ਗੱਲ ਸੁਣਿਓ ਜਿਹੜੀ ਵੱਡੀ ਉਹਨੇ ਅਰਦਾਸ ਚ ਕਹਿਤੀ ਤੇ ਕਹਿੰਦੀ ਬਾਬਾ ਜੀ ਲੈਣੇ ਵੀ 26 ਜਨਵਰੀ ਵਾਲੇ ਦਿਨ ਨੇ ਆਖੋ ਹੁਣ ਹੁਣ ਦਿਹਾੜਾ 27 ਨੂੰ ਹੀ ਮਨਾਉਣ ਲੱਗ ਪਏ ਪਹਿਲਾਂ ਜਿਹੜੇ 15 ਸਾਲ ਪਿੱਛੇ ਚਲ ਜਾਂਗੇ ਨਾ ਉਦੋਂ ਬਾਬਾ ਜੀ ਦਾ ਦਿਹਾੜਾ ਨਾ 26 ਜਨਵਰੀ ਦਾ ਫਿਕਸ ਹੁੰਦਾ ਸੀ ਆਖੋ ਸਾਰੇ ਆਖੋ ਜੀ ਤੇ ਕਹਿੰਦੀ ਲੈਣਾ ਵੀ 26 ਜਨਵਰੀ ਵਾਲੇ ਦਿਨ ਨੇ ਪੁੱਤਰਾਂ ਦਾ ਜੋੜਾ ਲੈਣਾ ਤਾਂ ਕਿ ਜੇ ਕੋਈ ਮੈਨੂੰ ਕਵੇ ਦੋ ਜੋੜੇ ਪੁੱਤਰ ਕਿਹਨੇ ਦਿੱਤੇ ਹੈ ਤੇ ਮੈਂ ਡੱਟ ਕੇ ਕਹਿ ਸਕਾਂ ਇਹ ਬਾਬਾ ਦੀਪ ਸਿੰਘ ਨੇ ਦਿੱਤੇ ਹੈ ਜਿਸ ਦਿਨ ਬਾਬਾ ਜੀ ਦਾ ਜਨਮ ਹੈ ਉਸ ਦਿਨ ਹੀ ਪੁੱਤਰ ਲੈਣੇ ਹੈ ਲਾਹ ਜਕਾਰਾ ਸਕੇ ਵਿਸ਼ਵਾਸ ਤੇ ਹੋਵੇ ਭਰੋਸਾ ਤੇ ਹੋਵੇ ਜੋ ਅਰਦਾਸ ਮੂੰਹੋਂ ਕਰੇਗਾ ਉਸੇ ਵੇਲੇ ਸੱਚੇ ਪਾਤਸ਼ਾਹ ਜੀ ਪੂਰੇ ਕਰਦੇ ਆ ਆਖੋ ਸਾਰੇ ਆਖੋ ਜੀ ਪੜੋ ਜੀ ਜਿਹੜਾ ਵੀ ਕੈਂਸਰ ਦਾ ਪੇਸ਼ੈਂਟ ਹੋਣਾ ਜਿਹਦਾ ਇਲਾਜ ਇਹਨਾਂ ਨੇ ਕਰਨਾ ਉਹਨੇ ਰਾਜੀ ਹੋ ਜਾਣਾ
ہتھاں دی شفا کہندے یو ایس اے دی گورنمنٹ نے سوچیا بھی انہاں نوں جڑا ساڈا امریکہ دا سب توں وڈا اوارڈ ہے او دتا جاوے جدا انڈیا دے پرم بھوشن اوارڈ راشٹرپتی اوارڈ ہوندے بھارت رتن پدم بھوشن ہوندے بھارت رتن ہوندے اتنا جڑے وڈے اوارڈ ہوندے کہندے امریکہ دی گورنمنٹ نے سوچیا بھی ڈاکٹر احمد دی بڑی دین ہے انہوں نے وڈے اوارڈ نال نوازیا جائے انہوں نے ایک وڈا پروگرام رکھیا جس دن اوارڈ دینا سی ڈاکٹر احمد کو ڈیٹ لیتی کیونکہ انہوں نے ڈیٹ ہی نہیں سی ملی ڈاکٹر احمد نے ہاں کرتے بھی ٹھیک ہے میں آ جا گا ہوں جہے شہر چ اوارڈ دینا سی یہ رہتے سن فلوریڈا کہتے فلوریڈا کو شہر کی سات اٹھ گھنٹے کی فلائٹ سی اکھو سارے اکھو جی بھی ای دور سی چھ سات گھنٹے کی فلائٹ ہی کہتے انہوں نے فلائٹ دیا ٹکٹ بک کرا لی سارا ڈیٹ دیتی وہ دن اوارڈ فنکشن رکھا گیا ڈاکٹر احمد چل پے فلائٹ پہ بہ گیا مان لو چھ گھنٹے کی فلائٹ پانچ گھنٹے کا سفر ہو گیا گھنٹے پورا رہ گیا فلائٹ کہتے موسم بہت زیادہ خراب ہو گیا بارش طوفان اینی زیادہ کہتے بدل اینی زیادہ بارش بھی جہاز نو اڑانا اوکھا ہو گیا پائلٹ نے اناؤنسمنٹ کیتی یہ موسم زیادہ ہون خراب ہو کر کے میں رسک نہیں لے سکتا تھلے جیڑا بھی دیکھ شہر ہے میں فلائٹ لینڈ کرن لگا فلائٹ لینڈ ہو گئی ایمرجنسی لینڈنگ کیتی گئی بارش سی طوفان سی کہندے باقی دن خراب ہوندے پے سی پریشان ہو رہے سی ڈاکٹر احمد ہور زیادہ پریشان بھی گھنٹے ڈیڑھ گھنٹے کا راہ پی گیا تسی تھلے لا دیے میرا اتنے پہنچنا ضروری ہے سویرے وارڈ فنکشن مینوں اتنے پہنچاؤ وہ ڈاکٹر صاحب نو سمجھاؤ ایئرپورٹ والے جی دوجی فلائٹ تے بھیجنا ہوندا تے یہ بھی اٹھتی رہنی سی موسم ہی خراب ہے اسی کچھ نہیں کر سکتے کہندے ڈاکٹر احمد کلپی جائے کہندے پھر ایئرپورٹ والے نے انہاں نے کہا بھی تسی جیڑی ڈیڑھ گھنٹے دی فلائٹ تے سفر رہ گیا ہے بائی کار سات آٹھ گھنٹے چ پہنچ جاؤ گے آکھو سارے آکھو جی چھ سات گھنٹے اٹھ گھنٹے کا سفر بائی کار کر لو جہاز نہیں اڑ سکتا امریکہ چ کہتے رینٹل کار مل جاندی ہے ساڈے دے اُتے ٹیکسی نال ڈرائیور ہوندا نا انڈیا چ اتھوں دا پتہ نہیں اُتے رینٹل کار مل جاندی ہے ایک شہر چ کار لے لو اُتے دوجے شہر چ چھڈ دینا ڈرائیو آف کرنی پئی کہتے ڈاکٹر احمد نے اتوں ایئرپورٹ تو رینٹل کار دیتی تے کار آپ چلان لگ پئی ہن اے پرانی پرانا ذکر اودوں اے نیویگیشن نہیں سی اُتے اکھو فون موبائل بھی نہیں سی اُتے ایدے تو بھی پرانی گل ہے نہ موبائل ہوندے سی نہ میپ ہوندا سی کہندے رستہ پوچھ پوچھ کے ڈاکٹر احمد چل رہے بھی جتھے وارڈ ملنا بھی جی ہوں میں شامی سفر کراں گا ادھی راتی پہنچ جاندا سویرے وارڈ دا فنکشن ہن سنگت جی سنے ہو گڈی آ چلا رہے سی طوفان زیادہ سی بارش کنٹینیو ہو رہی سی کہندے رستہ گواچ گیا رستہ بھٹک گیا مان لو جی رائٹ سائڈ تے ٹرن لینا سی لیفٹ ہینڈ سائڈ چلے گئے تے چلے گئے گڈی ساری رات چلدی رہی تے کہندے سویر تے چار بجے گڈی ایسی جگہ تے رک گئی جتھے اگے رستہ ہی بھائی گیا آخو پہاڑی علاقہ آ گیا سڑک اگوں ہے ہی سڑک ختم ہو گئی ہوں ڈاکٹر احمد پریشان کہ میں کتھے آ گیا ایک کلا سنسان علاقے کلا چھوٹا جا گھر ایک دو کمریاں کا انہوں نے وہ بوا کھڑکایا تے ایک بزرگ ماتا باہر اتنے جگہ جتنے جتوں پڑھیا گیا اتنے لیا اولڈ لیڈی باہر
ਉਹਨੇ ਓਲਡ ਲੇਡੀ ਨੇ ਪੁੱਛਿਆ ਵੀ ਦੱਸੋ ਤੇ ਡਾਕਟਰ ਅਹਿਮਦ ਕਹਿੰਦਾ ਵੀ ਮੈਂ ਫਲਾਣੇ ਸ਼ਹਿਰ ਜਾਣਾ ਹੈ ਕਹਿੰਦੀ ਪੁੱਤਰ ਵੀ ਉਹ ਤੇ ਇੱਥੋਂ 12-13 ਘੰਟੇ ਦਾ ਰਾਹ ਹੈ ਆਖੋ ਤੂੰ ਤੇ ਬਿਲਕੁਲ ਬਿਲਕੁਲ ਗਲਤ ਡਾਇਰੈਕਸ਼ਨ ਤੇ ਆ ਗਿਆ ਕਹਿੰਦਾ ਹੈ ਹੁਣ ਡਾਕਟਰ ਬੰਦਾ ਹੋਵੇ ਪੜ੍ਹਿਆ ਲਿਖਿਆ ਡਾਕਟਰ ਨੂੰ ਆਪਾਂ ਪੜ੍ਹਿਆ ਲਿਖਿਆ ਸਿਆਣਾ ਮੰਨਦੇ ਹਾਂ ਪਰ ਉਹ ਇੰਨੀ ਵੱਡੀ ਬਲੰਡਰ ਗਲਤੀ ਕਰਦੇ ਉਹ ਮੱਥੇ ਦੇ ਹੱਥ ਮਾਰੇ ਪਹਿਲਾਂ ਹੁੰਦਾ ਕੀ ਪਏ ਕੱਲ ਪਹਿਲੇ ਫਲਾਈਟ ਲੈਣ ਐਮਰਜੈਂਸੀ ਹੋ ਗਈ ਮੌਸਮ ਖਰਾਬ ਤੇ ਜੇ ਮੈਂ ਕਾਰ ਲੈ ਕੇ ਨਿਕਲਿਆ ਤੇ ਹੁਣ ਰਾਹ ਗਲਤ ਆ ਗਿਆ ਵਾ ਤੇ ਉਹ ਇੱਥੋਂ 12-15 ਘੰਟੇ ਦੂਰ ਹੈ ਤੇ ਡਾਕਟਰ ਸਾਹਿਬ ਸਮਝਗੇ ਵੀ ਮੈਂ ਵਾਰ ਫੰਕਸ਼ਨ ਤੇ ਹੁਣ ਨਹੀਂ ਪਹੁੰਚ ਸਕਦਾ ਅੱਖ ਹੋ ਗਿਆ ਸਵੇਰ ਦੇ 5 ਵਜ ਗਏ ਸੀ ਤੇ ਫੰਕਸ਼ਨ 10-11 ਵਜੇ ਦਾ ਟਾਈਮ ਉਹ ਕਹਿੰਦਾ ਵੀ ਮੇਰੇ ਕੋਲੋਂ ਗਲਤੀ ਹੋ ਗਈ ਕੀ ਕਰਾਂ ਤੇ ਉਹ ਬਜ਼ੁਰਗ ਮਾਤਾ ਓਲਡ ਲੇਡੀ ਉਹਨੂੰ ਕਹਿੰਦੀ ਹੈ ਵੀ ਡਾਕਟਰ ਵੀ ਉਹਨੂੰ ਨਹੀਂ ਪਤਾ ਵੀ ਡਾਕਟਰ ਉਹ ਕਹਿੰਦੇ ਵੀ ਪੁੱਤਰ ਤੂੰ ਅੰਦਰ ਆ ਜਾ ਸਾਰੀ ਰਾਤ ਗੱਡੀ ਚਲਾ ਕੇ ਆਇਆ 2 ਘੰਟੇ ਰੈਸਟ ਕਰ ਲੈ ਅੱਖੋ ਤੂੰ 2 ਘੰਟੇ ਆਰਾਮ ਕਰ ਲੈ ਫਿਰ ਵਾਪਸ ਚੱਲ ਜੀ ਫਿਰ ਤੂੰ ਜੋ ਸਟੈਪ ਲੈਣਾ ਲੈ ਲਈ ਉਹਨੇ ਸੋਚਿਆ ਵੀ ਇੱਦਾਂ ਹੀ ਠੀਕ ਰਹੇਗਾ ਵੀ ਸਾਰੀ ਰਾਤ ਗੱਡੀ ਚਲਾ ਕੇ ਆਇਆ ਨੀਂਦਰ ਆਈ ਡਾਕਟਰ ਅਹਿਮਦ ਉਹ ਬਜ਼ੁਰਗ ਮਾਤਾ ਦੇ ਘਰ ਚਲਾ ਗਿਆ ਉਹਨੇ 2 ਘੰਟੇ ਵਾਸਤੇ ਕਮਰਾ ਦੇ ਤਾ ਸੌਂ ਗਿਆ 2 ਘੰਟੇ ਬਾਅਦ ਉੱਠਿਆ ਤੇ ਇਸ਼ਨਾਨ ਕਰਕੇ ਜਦੋਂ ਸੋਚਦਾ ਨਾ ਮੈਂ ਵਾਪਸ ਜਾਵਾਂ ਸੁਣਿਓ ਤੇ ਉਹ ਸੋਚਦਾ ਵੀ ਮੈਂ ਉਹ ਓਲਡ ਲੇਡੀ ਨੂੰ ਥੈਂਕ ਯੂ ਕਹਿ ਦਵਾਂ ਜਿਹਨੇ ਆਪਣਾ ਘਰ ਦੇ ਦਿੱਤਾ ਮੈਨੂੰ ਸੌਣ ਵਾਸਤੇ ਜਗ੍ਹਾ ਦੇ ਉਹ ਥੈਂਕ ਯੂ ਕਰਨ ਵਾਸਤੇ ਜਦੋਂ ਵੇਖਦਾ ਨਾ ਤੇ ਉਹ ਆਪਣੇ ਡਰਾਇੰਗ ਰੂਮ ਚ ਪ੍ਰੇਅਰ ਰੂਮ ਸੀ ਤੇ ਉਹ ਪ੍ਰੇਅਰ ਕਰ ਰਹੀ ਸੀ ਆਪਣੇ ਰੱਬ ਦੀ ਅੱਖੋ ਅਸੀਂ ਕਹਿੰਦੇ ਹਾਂ ਨਿਤਨੇਮ ਕਰਦਾ ਪਿਆ ਤੇ ਤੁਹਾਨੂੰ ਪਤਾ ਹੈ ਅੰਗਰੇਜ਼ ਲੋਕ ਇਹ ਲਿਖਦੇ ਨੇ ਪ੍ਰੇਅਰ ਕਰਦਾ ਭਗਤੀ ਨੂੰ ਪ੍ਰੇਅਰ ਕਹਿੰਦੇ ਆਰਕੀਟੈਕਟ ਮਕਾਨ ਦੇ ਨਕਸ਼ੇ ਬਣਾਉਂਦੇ ਆ ਨਾ ਆਪਾਂ ਦੇ ਬਾਬਾ ਜੀ ਦਾ ਕਮਰਾ ਕਹਿੰਦੇ ਨਾ ਬਣਾਉਣਾ ਉਹਨਾਂ ਨੇ ਆਰਕੀਟੈਕਟ ਇਹੀ ਲਿਖਣਗੇ ਪ੍ਰੇਅਰ ਰੂਮ ਅੱਖੋ ਗੁਰੂ ਸਾਹਿਬ ਦਾ ਕਮਰਾ ਵੀ ਪ੍ਰੇਅਰ ਰੂਮ ਭਗਤੀ ਕਰਨ ਵਾਸਤੇ ਉਹ ਆਪਣੇ ਨਾ ਪ੍ਰਭੂ ਦੀ ਅਰਾਧਨਾ ਕਰਦੀ ਤੇ ਡਾਕਟਰ ਅਹਿਮਦ ਨਾ ਵੇਟ ਕਰਨ ਲੱਗ ਪਿਆ ਵੀ ਜਦੋਂ ਇਹ ਵਿਹਲੀ ਹੁੰਦੀ ਏ ਤੇ ਮੈਂ ਇਹਨੂੰ ਥੈਂਕ ਯੂ ਕਰਕੇ ਤੇ ਨਿਕਲ ਜਾਵਾਂਗਾ ਇੰਨੀ ਦੇਰ ਚ ਓਲਡ ਲੇਡੀ ਨੇ ਵੇਖ ਲਿਆ ਵੀ ਇਹ ਬੰਦਾ ਜਿਹਨੂੰ ਮੈਂ ਜਗ੍ਹਾ ਦਿੱਤੀ ਸੀ ਇਹ ਖਲੋਤਾ ਆਇਆ ਉਹਨੇ ਇਸ਼ਾਰਾ ਕੀਤਾ ਵੀ ਪੁੱਤਰ ਤੂੰ ਵੀ ਆ ਜਾ ਤੂੰ ਵੀ ਮੈਨੂੰ ਜੁਆਇਨ ਕਰ ਲੈ ਅੱਖੋ ਜਿੱਦਾਂ ਆਪਾਂ ਸੰਗਤ ਜਾਂਦੇ ਕਿਹਨੂੰ ਨਾਲ ਲੈ ਜਾਂਦੇ ਵੀ ਤੂੰ ਵੀ ਚੱਲ ਉਹ ਮਾਤਾ ਨੇ ਕਿਹਾ ਵੀ ਬੇਟਾ ਤੂੰ ਵੀ ਆ ਜਾ ਮੈਂ ਪ੍ਰੇਅਰ ਕਰ ਰਹੀ ਹਾਂ ਤੂੰ ਪਰੇ ਖੜੇ ਤੂੰ ਵੀ ਮੈਨੂੰ ਜੁਆਇਨ ਕਰ ਲੈ ਦੇਖੋ ਡਾਕਟਰ ਅਹਿਮਦ ਪਤਾ ਕਹਿੰਦਾ ਕਹਿੰਦਾ ਮੈਂ ਕੋਈ ਵਿਹਲਾ ਨਹੀਂ ਹੈਗਾ ਅੱਖੋ ਇਹ ਵਿਹਲੇ ਦਾ ਕੰਮ ਮੈਂ ਪੜ੍ਹਿਆ ਲਿਖਿਆ ਬੰਦਾ ਕਿਉਂਕਿ ਕਈ ਸਤਸੰਗ ਕਰਨ ਨੂੰ ਵਿਹਲਿਆਂ ਦਾ ਕੰਮ ਕਹਿੰਦੇ ਆ ਆਖੋ ਸਾਰੇ ਆਖੋ ਜੀ ਇੱਦਾਂ ਹੀ ਹੈ ਕਦੀ ਇੱਦਾਂ ਕਿਸੇ ਨੂੰ ਤਾਨਾ ਨਾ ਮਾਰਿਆ ਇਹ ਵਿਹਲਿਆਂ ਦਾ ਕੰਮ ਨਹੀਂ ਇਹ ਸਭ ਤੋਂ ਮਹਿੰਗਾ ਕੰਮ ਹੈ ਆਖੋ ਇਹ ਜਿਹਨਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਦਾ ਕੰਮ ਹੈ ਹਰ ਕੋਈ ਨਾਮ ਨਹੀਂ ਜੇ ਜਪ ਸਕਦਾ ਆਖੋ ਜਿੰਨੇ ਆਪਾਂ ਸੰਗਤ ਚ ਆਏ ਆ ਹੋਰ ਕੋਈ ਆ ਹੀ ਨਹੀਂ ਸਕਦਾ ਜੇ ਗੁਰੂ ਨਾਲ ਆਵੇ ਉਹਨਾਂ ਨੂੰ ਸੱਦਾ ਹੀ ਨਹੀਂ ਪਹੁੰਚਿਆ ਉਹਨਾਂ ਨੂੰ ਮਹਾਰਾਜ ਸੱਦਿਆ ਹੀ ਨਹੀਂ ਹੈਗਾ ਉਹਨਾਂ ਦੇ ਕਰਮਾਂ ਚ ਨਹੀਂ ਹੈਗਾ ਜੀ ਆਖੋ ਖੈਰ ਮੈਂ ਇੱਧਰ ਨਾ ਜਾਵਾਂ ਫਿਰ ਹੋਰ ਸਮਾਂ ਲੱਗਦਾ ਹੁਣ ਗੌਰ ਕਰਿਓ ਉਹਨੇ ਨਾ ਦੂਰੋਂ ਇੰਜ ਨਾ ਹਲਕੇ ਇਸ਼ਾਰੇ ਕਰਕੇ ਵੀ ਮੈਂ ਪੜ੍ਹਿਆ ਲਿਖਿਆ ਬੰਦਾ ਹੈ ਅਨਪੜ੍ਹਾਂ ਦਾ ਕੰਮ ਹੈ ਵਿਹਲਿਆਂ ਦਾ ਕੰਮ ਹੈ ਮੈਂ ਨਹੀਂ ਇਹ ਪ੍ਰੇਅਰ ਪੂਰ ਕਰਦਾ ਕਹਿੰਦੇ ਹੁਣ ਓਲਡ ਲੇਡੀ ਨੇ ਆਪਣੀ ਪ੍ਰੇਅਰ ਖਤਮ ਕੀਤੀ ਤੇ ਆ ਕੇ ਕਹਿੰਦੀ ਪੁੱਤਰ ਮੈਨੂੰ ਨਹੀਂ ਪਤਾ ਤੂੰ ਕਿੰਨਾ ਪੜ੍ਹਿਆ ਪਰ ਵਿਹਲਿਆਂ ਦਾ ਕੰਮ ਥੋੜੀ ਹੈ ਤੂੰ ਭਗਤੀ ਕਰਿਆ ਤੇ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਕੀ ਫਾਇਦਾ ਇੰਨੀ ਭਗਤੀ ਦਾ ਕੀ ਫਾਇਦਾ ਇੰਨੀ ਪ੍ਰੇਅਰ ਦਾ ਜੰਗਲ ਵਿੱਚ ਸੁਨਸਾਨ ਜਗ੍ਹਾ ਤੇ ਤੂੰ ਰਹਿੰਦੀ ਸੀ ਜੇ ਤੂੰ ਇੰਨੀ ਭਗਤੀ ਕਰਦੀ ਹੈ ਤੈਨੂੰ ਰੱਬ ਨੇ ਦਿੱਤਾ ਹੀ ਕੁਝ ਨਹੀਂ ਹੱਕ ਹੁਣ ਡਾਕਟਰ ਨੇ ਵੇਖਿਆ ਕਿ ਪੁਰਾਣਾ ਜਿਹਾ ਘਰ ਹੈ ਕੋਈ ਨਵੀਆਂ ਫੈਸਿਲਿਟੀਆਂ ਨਹੀਂ ਹੈਗੀਆਂ ਕੋਈ ਟੈਲੀਵਿਜ਼ਨ ਨਹੀਂ ਕੋਈ ਫੋਨ ਨਹੀਂ ਕੋਈ ਹੋਰ ਸੁੱਖ ਸੁਵਿਧਾ ਦੇ ਸਾਧਨ ਨਹੀਂ ਹੈ ਕਈ ਲੋਕ ਬਸ ਇਹਨਾਂ ਨੂੰ ਹੀ ਸੁੱਖ ਸੁਵਿਧਾ ਸਮਝਦੇ ਆ ਹੱਕ ਕਹਿੰਦਾ ਕਹਿੰਦਾ ਮਾਤਾ ਤੂੰ ਇੰਨੇ ਜਲਦੀ ਪ੍ਰੇਰਿਤ ਕਰਦੀ ਹੈ ਤੇ ਦਿੱਤਾ ਤੇ ਕੁਝ ਹੈ ਨਹੀਂ ਰੱਬ ਨੇ ਅੱਗੋਂ ਓਲਡ ਲੇਡੀ ਪਤਾ ਕੀ ਕਹਿੰਦੀ ਕਹਿੰਦੀ ਪੁੱਤਰ ਤੈਨੂੰ ਕੀ ਪਤਾ ਰੱਬ ਨੇ ਮੈਨੂੰ ਕੀ ਦਿੱਤਾ ਹੈ ਕੀ ਨਹੀਂ ਦਿੱਤਾ ਆਖੋ ਕਿਸੇ ਦੀ ਅਵਸਥਾ ਅਸੀਂ ਨਹੀਂ ਸਮਝ ਸਕਦੇ ਗੱਲ ਨੂੰ ਸਮਝ ਅਸੀਂ ਬਾਹਰੋਂ ਡੰਬਰ ਵੇਖ ਕੇ ਅੰਦਾਜ਼ੇ ਲਾਉਂਦੇ ਹਾਂ ਕਿਸੇ ਦੇ ਅੰਦਰ ਕੀ ਰਸ ਹੈ ਅਸੀਂ ਕੀ ਜਾਣ ਸਕਦੇ
ਕਿਹਦਾ ਕਿਹੜੀ ਪਤਨੀ ਤੇ ਪਹੁੰਚਾ ਸੀ ਕੀ ਜਾਣ ਸਕਦੇ ਜਦੋਂ ਮੈਂ ਆ ਬਹਿਸ ਹੋਈ ਨਾ ਤੇ ਮਾਤਾ ਕਹਿੰਦੀ ਤੈਨੂੰ ਵੀ ਪਤਾ ਰੱਬ ਨੇ ਮੈਨੂੰ ਕੀ ਨਹੀਂ ਦਿੱਤਾ ਉਹ ਡਾਕਟਰ ਕਹਿੰਦਾ ਮੈਂ ਚਲ ਬਹਿਸਦਾ ਨੀ ਮਾਤਾ ਪਰ ਮੈਨੂੰ ਇੱਕ ਗੱਲ ਦੱਸ ਤੂੰ ਹੁਣ ਕੀ ਮੰਗਦੀ ਪਈ ਸੀ ਇੱਥੇ ਪਤਾ ਲੱਗ ਜਾਏਗਾ ਵੀ ਤੂੰ ਮੰਗਦੀ ਕੀ ਪਹਿਲੇ ਹੀ ਮੰਗ ਤੋਂ ਹੀ ਪਤਾ ਲੱਗ ਜਾਏਗਾ ਤੇ ਕਹਿੰਦੀ ਫਿਰ ਇੱਧਰ ਆ ਮੈਂ ਤੈਨੂੰ ਦੱਸਾਂ ਮੈਂ ਕੀ ਮੰਗਦੀ ਪਈ ਸੀ ਆਖੋ ਕਹਿੰਦੀ ਮੈਨੂੰ ਰੱਬ ਨੇ ਸਾਰਾ ਦਿਨ ਕਹਿੰਦਾ ਫਿਰ ਹੁਣ ਕੀ ਮੰਗਦੀ ਪਈ ਹੈ ਕਹਿੰਦੀ ਇੱਧਰ ਆ ਮੈਂ ਤੈਨੂੰ ਦੱਸਾਂ ਮੈਨੂੰ ਮੈਂ ਅੱਜ ਕੀ ਮੰਗ ਰਹੀ ਹਾਂ ਮੇਰੀਆਂ ਹੁਣ ਦੀਆਂ ਅਰਦਾਸਾਂ ਕੀ ਨੇ ਉਹ ਓਲਡ ਲੇਡੀ ਉਸ ਡਾਕਟਰ ਨੂੰ ਨਾਲ ਦੇ ਕਮਰੇ ਚ ਲੈ ਗਏ ਕਮਰੇ ਚ ਲਿਜਾ ਕੇ ਤੇ ਉਸ ਬੈੱਡ ਤੇ ਨਾ ਇੱਕ 9-10 ਸਾਲ ਦਾ ਨਾ ਬੱਚਾ ਸੁੱਤਾ ਸੀ ਕਹਿੰਦੀ ਇਹ ਮੇਰਾ ਪੁੱਤਰ ਹੈ ਜਿਹੜਾ ਬੱਚਾ ਸੁੱਤਾ ਹੈ ਮੇਰਾ ਪੁੱਤਰ ਹੈ ਕਹਿੰਦਾ ਅੱਛਾ ਕਹਿੰਦੀ ਇਹਨੂੰ ਇੱਕ ਨਾ ਰੇਅਰ ਟਾਈਪ ਦਾ ਕੈਂਸਰ ਹੋ ਗਿਆ ਆਖੋ ਸਾਰੇ ਆਖੋ ਜੀ ਇਹਨੂੰ ਅਜੀਬ ਤਰ੍ਹਾਂ ਦਾ ਕੈਂਸਰ ਹੋ ਗਿਆ ਇਹਨੂੰ ਮੈਂ ਡਾਕਟਰਾਂ ਕੋਲ ਲੈ ਕੇ ਗਈ ਤੇ ਡਾਕਟਰਾਂ ਨੇ ਸਾਡੇ ਇਲਾਕੇ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਇਹਨੂੰ ਵੇਖਿਆ ਤੇ ਉਹਨਾਂ ਡਾਕਟਰਾਂ ਨੇ ਕਿਹਾ ਵੀ ਜਿਹੜਾ ਜਿਹੜੀ ਟਾਈਪ ਦਾ ਇਹਨੂੰ ਕੈਂਸਰ ਹੋਇਆ ਨਾ ਉਹਦਾ ਇਲਾਜ ਦੁਨੀਆ ਤੇ ਇੱਕੋ ਬੰਦਾ ਜਿਹੜਾ ਕਰ ਸਕਦਾ ਹੈ ਉਹ ਫਲੋਰੀਡਾ ਦੇ ਵਿੱਚ ਡਾਕਟਰ ਅਹਿਮਦ ਹੈ ਆਖੋ ਤੇ ਮੈਨੂੰ ਉਹ ਡਾਕਟਰ ਕਹਿੰਦੇ ਵੀ ਇਹਨੂੰ ਤੂੰ ਉਹਦੇ ਕੋਲ ਲੈ ਜਾ ਉਹਦੇ ਹੱਥਾਂ 'ਚ ਸ਼ਫਾ ਏ ਉਹਦੇ ਕੋਲ ਇਹਦਾ ਇਲਾਜ ਹੋਰ ਕਿਸੇ ਬੰਦੇ ਕੋਲ ਇਹ ਬੱਚੇ ਦਾ ਇਲਾਜ ਨਹੀਂ ਹੈ ਤੇ ਕਹਿੰਦੀ ਮੈਂ ਸੋਚਿਆ ਜਿਹਦੀ ਜਿਹੜੀ ਉਹ 6-7 ਘੰਟੇ ਦੀ ਫਲਾਈਟ ਹੋਏਗੀ ਟ੍ਰੇਨ ਤੇ ਉਹਨੂੰ 2-3 ਦਿਨ ਲੱਗਦੇ ਹੋਣਗੇ ਆਖੋ 6-7 ਘੰਟੇ ਦੀ ਫਲਾਈਟ ਦਾ ਮਤਲਬ ਇਹੀ ਹੋਇਆ ਨਾ ਘੰਟੇ ਦੀ ਫਲਾਈਟ ਹੋਵੇ ਤੇ ਸਾਧ ਸੰਗਤ ਜੀ 8 ਘੰਟੇ ਲੱਗ ਜਾਏ ਸਾਡਾ ਅੰਮ੍ਰਿਤਸਰ ਹੀ ਹੈ 450 ਕਿਲੋਮੀਟਰ ਤੇ ਜਿਹੜੀ 6-7 ਘੰਟੇ ਫਲਾਈਟ 3 ਦਿਨ ਟ੍ਰੇਨ 'ਚ ਲੱਗਣਗੇ ਉੱਥੇ ਪਹੁੰਚੇਗੀ ਤੇ ਕਹਿੰਦੇ ਪੁੱਤਰ ਸਾਡੇ ਇਲਾਕੇ ਦੇ ਡਾਕਟਰ ਕਹਿੰਦੇ ਇਹਦਾ ਇਲਾਜ ਇੱਕੋ ਬੰਦਾ ਕਰ ਸਕਦਾ ਹੈ ਉਹ ਹੈ ਕੋਈ ਫਲੋਰੀਡਾ ਦੇ ਵਿੱਚ ਡਾਕਟਰ ਅਹਿਮਦ ਤੇ ਮੈਂ ਸੋਚਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਵੀ ਮੈਂ ਇਹਨੂੰ ਇਹਦੇ ਕੋਲ ਲੈ ਕੇ ਜਾਵਾਂ ਆਖੋ 3 ਦਿਨ ਟ੍ਰੇਨਾਂ ਵਿੱਚ ਧੱਕੇ ਖਾਵਾਂ ਫਿਰ ਉੱਥੇ ਉਹ ਡਾਕਟਰ ਮੈਨੂੰ ਟਾਈਮ ਦੇਵੇ ਨਾ ਦੇਵੇ ਇਹ ਬੱਚੇ ਦਾ ਇਲਾਜ ਕਰੇ ਨਾ ਕਰੇ ਤੇ ਮੈਂ ਸੋਚਿਆ ਰੱਬਾ ਮੇਰੇ ਕੋਲ ਤੇ ਸਮਰੱਥਾ ਨਹੀਂ ਮੈਂ ਬੱਚੇ ਨੂੰ ਲੈ ਕੇ ਜਾਵਾਂ ਪਰ ਰੱਬਾ ਤੂੰ ਸਭ ਕੁਝ ਕਰ ਸਕਦੇ ਤੂੰ ਕਿਰਪਾ ਕਰ ਤੂੰ ਡਾਕਟਰ ਅਹਿਮਦ ਨੂੰ ਇੱਥੇ ਭੇਜ ਦੇ ਮੇਰੀਆਂ ਅੱਜ ਕੱਲ ਅਰਦਾਸਾਂ ਇਹ ਚੱਲ ਰਹੀਆਂ ਰੱਬਾ ਤੂੰ ਸਭ ਕੁਝ ਕਰ ਸਕਦੇ ਤੂੰ ਚਾਹਵੇਂ ਤੇ ਡਾਕਟਰ ਅਹਿਮਦ ਨੂੰ ਇੱਥੇ ਲਿਆ ਸਕਦੇ ਡਾਕਟਰ ਅਹਿਮਦ ਮੇਰੇ ਬੱਚੇ ਦਾ ਇਲਾਜ ਕਰ ਦੇਵੇ ਕਹਿੰਦੀ ਮੈਂ ਅੱਜ ਕੱਲ ਆਹ ਮੰਗਦੀ ਪਈ ਆ ਇਹ ਓਲਡ ਲੇਡੀ ਕਹਿੰਦੀ ਪਈ ਏ ਤੇ ਇਹਨੂੰ ਨਹੀਂ ਪਤਾ ਜਿਹਨੂੰ ਕਹਿੰਦੀ ਪਈ ਆ ਉਹ ਡਾਕਟਰ ਅਹਿਮਦ ਤੇ ਉਹਦੀਆਂ ਅੱਖਾਂ 'ਚ ਅੱਥਰੂ ਵਗੀ ਜਾ ਰਹੇ ਆ ਆਖੋ ਸਾਰੇ ਆਖੋ ਜੀ ਬੱਦਲ ਹੋ ਜਾਂਦੇ ਨੇ ਬਾਰਿਸ਼ ਆਉਂਦੀ ਏ ਤੂਫਾਨ ਆਉਂਦਾ ਫਲਾਈਟ ਨੂੰ ਰਸਤੇ ਵਿੱਚ ਲੈਣ ਐਮਰਜੈਂਸੀ ਕਰਨੀ ਪੈਂਦੀ ਏ ਤੇ ਜੇ ਮੈਂ ਟੈਕਸੀ ਕਰਦਾ ਵਾ ਤੇ ਤਾਂ ਮੈਂ ਭਟਕ ਜਾਂਦਾ ਵਾ ਹੁਣ ਮੈਨੂੰ ਸਮਝ ਆਈ ਨਾ ਮੌਸਮ ਖਰਾਬ ਹੋਇਆ ਹੁਣ ਸਮਝ ਆਈ ਨਾ ਮੈਂ ਰਾਹ ਗਵਾਚਾ ਵਾ ਸਹੀ ਮੈਣਿਆ ਤੇ ਮਾਈ ਦੀਆਂ ਅਰਦਾਸਾਂ ਤੇ ਕੋਈ ਤਾਕਤ ਕੰਮ ਕਰ ਰਹੀ ਸੀ ਕੋਈ ਪਾਵਰ ਕੰਮ ਕਰ ਰਹੀ ਸੀ ਜਿਹੜੀ ਮੈਨੂੰ ਇੱਥੇ ਲਿਆ ਰਹੀ ਸੀ ਲਾ ਜਗਾਰਾ ਸੰਗਤ ਦੀ ਗੱਜ ਗੱਜੇ ਪਰਮੇਸ਼ਰ ਦੇ ਹੁਕਮ ਅਨੁਸਾਰ ਕੁਦਰਤ ਮੈਨੂੰ ਇੱਥੇ ਲੈ ਕੇ ਆਈ ਹੈ ਆਖੋ ਇਹਦੇ ਕੋਈ ਪੜਿਆ ਲਿਖਿਆ ਬੰਦਾ ਭਟਕ ਜਾਏ ਉਸ ਡਾਕਟਰ ਅਹਿਮਦ ਨੇ ਫਿਰ ਉਸ ਬੱਚੇ ਦਾ ਇਲਾਜ ਕੀਤਾ ਗੱਲ ਨੂੰ ਸਮਝਣਾ ਅਰਦਾਸ ਦੀ ਕਿੰਨੀ ਤਾਕਤ ਹੈ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ
سکھ راس پاکو بگر نہ کو لانگے جا کی رب آگے ارداس پربو اگے ارداس کرو گرو نانک صاحب اگے ارداس کرو سب گر ہر ایک طرح نال جولیاں پڑھتے نے اج دے دیوان چو آپاں آگے آن لئیے ارداس دی شکتی دے وچ سانوں وشواس ہو جیہدے کولوں منگ رہے ہاں وہی سمرتھا تے کرپو نہ ہوئے آخو بھائی سارے آخو جی ہوں سماپتی کریں گے جنی سنگت نے کیرتن دے سرکار میں جو مایا دیتی ہے یہ تہاڈی دیتی مایا دا ایک ایک پیسہ بابے نانک دی کرپا ہے ساڈے ماں پرش بھائی صاحب بھائی گر اقبال سنگھ جی ماتا کولا جی والے انہاں دے خدم نال کدی امرتسر آ کے اپنی اکھاں نال ویکھو بیبی کولا جی بھلائی کیندر چلدا ہے اتنے 3000 ودوا بیبیاں راشن لیندی ہیں 19 شہراں وچ بھلائی کیندر دیاں برانچاں چلدی ہیں سنگت جی 8-9 ہزار ودوا بیبیاں راشن لیندی ہیں اور